ਪੰਜਾਬ ਤੇ ਪੰਜਾਬੋਂ ਬਾਹਰ ਬੈਠੇ ਮੇਰੇ ਸਨੇਹੀ ਦੋਸਤ, ਮੇਰੇ ਆਲੋਚਕ ਤੇ ਮੇਰੇ ਖੈਰ ਗਵਾਹ ਦੋਸਤੋ, ਨਮਸਤੇ, ਸਤਿ ਸ੍ਰੀ ਅਕਾਲ ਤੇ ਸਲਾਮ ਕਬੂਲ ਕਰੋ। ਤੁਸੀਂ ਮੇਰੀਆਂ ਸਾਰੀਆਂ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ ਤੇ ਤੁਹਾਡੇ ਪਿਆਰ ਸਦਕੇ ਮੇਰੀਆਂ ਸਾਰੀਆਂ ਫਿਲਮਾਂ ਸੁਪਰ ਡੁਪਰ ਹਿੱਟ ਹੋਈਆਂ। ਸੋ ਮੇਰੀ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਡੁਪਲੀਕੇਟ ਸੀਡੀਆਂ ਨਾ ਖਰੀਦੋ, ਓਰੀਜਨਲ ਕੈਸਟਾਂ ਹੀ ਖਰੀਦੋ, ਕਿਉਂਕਿ ਡੁਪਲੀਕੇਟ ਜਿਹੜੀ ਸੀਡੀ ਹੁੰਦੀ ਹੈ ਉਹਦੇ ਵਿੱਚ ਕੁਆਲਿਟੀ ਵੀ ਅੱਛੀ ਨਹੀਂ ਹੁੰਦੀ ਤੇ ਉਹ ਕੱਟੀ ਵੀ ਹੁੰਦੀ ਹੈ। ਸੋ ਮੇਰੀ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ, ਅਗਰ ਤੁਸੀਂ ਸਾਨੂੰ ਪਿਆਰ ਕਰਦੇ ਹੋ ਤਾਂ ਓਰੀਜਨਲ ਸੀਡੀਆਂ ਹੀ ਖਰੀਦੋ। ਆਓ ਵੇਖਦੇ ਹਾਂ ਫੈਮਿਲੀ 425। ਗੁੰਡੇ ਲਾ ਲੈ ਡਰ ਕੇ ਜੱਟ ਤੋਂ, ਓਏ ਜਿੱਥੇ ਮਰਜੀ ਲੁਕ ਜਾਓ ਮੈਂ ਤਾਂ ਤੁਹਾਨੂੰ ਪਤਾਲ ਚੋਂ ਵੀ ਕੱਢ ਲੂੰਗਾ। ਬਾਪੂ ਬਾਪੂ ਤੂੰ ਬੰਦੂਕ ਚੱਕ ਕੇ ਲੈ ਆਪਣੀ, ਆਪਾਂ ਨੇ ਅੱਜ ਦੁਸ਼ਮਣ ਦੀ ਭਾਜੀ ਮੋੜਨੀ ਆ। ਓਏ ਕਿਹਦੀ ਕਿਹਦੀ ਭਾਜੀ ਮੋੜੇਗਾ? ਭਾਜੀ ਮੋੜਨ ਤਾਂ ਤੈਨੂੰ ਸਾਰੀ ਉਮਰ ਲੰਘ ਜੂ, ਕਿਹਦੀ ਕਿਹਦੀ ਭਾਜੀ ਮੋੜੇਗਾ ਤੂੰ? ਮੇਰੀ ਗੱਲ ਸੁਣ, ਮੈਂ ਪਿੰਡ ਦੇ ਨਾਲ ਤੈਨੂੰ ਵੀ ਫੂਕ ਦੂੰ, ਉਹ ਟੈਂਕੀ ਤੇ ਚੜ ਕੇ ਗ੍ਰੇਨੇਡ ਚਲਾਊਗਾ ਸੰਨੀ ਦਿਓਲ। ਓਏ ਕੁੱਤੇ ਮੰਗੂ ਭੌਂਕੀ ਜਾਣਾ, ਗੱਲ ਦੱਸ ਕੀ ਹੋ ਗਈ? ਕਿਸੇ ਦਾ ਕੋਈ ਕਸੂਰ ਨਹੀਂ, ਸਾਰਾ ਕਸੂਰ ਤਾਂ ਤੇਰੀ ਗੰਦੀ ਲਾਤ ਦਾ। ਭਰਾ ਚੰਦ ਤੋਂ ਪਹਿਲੀ ਪੈਗ ਲਾ ਲਿਆ ਸੀ, ਅੱਜ ਤਾਂ ਪਹਿਲੀ ਸਮਝ ਗਏ ਤੇ, ਅੱਜ ਇਹ ਛੇਤਰ ਖਾ ਕੀ ਰਹੂ। ਮੈਂ ਤਾਂ ਕਿਹਾ ਸੀ ਇਹਨੂੰ ਭਰਾ ਨਾ ਤੋਰੋ ਨਾ ਤੋਰੋ, ਤੁਸੀਂ ਕਹਿੰਦੇ ਤਰੀਕੇ ਦਾ ਮਾਮਲਾ। ਓਹੋ ਉਹ ਕੀ ਗੱਲ ਹੋ ਗਈ, ਲੜ ਪਿਆ ਸੀ ਕਿਸੇ ਨਾਲ ਭਰਾ ਚ? ਡਾਂਸਰਾਂ ਦਾ ਹੱਥ ਫੜ ਫੜ ਕੇ ਨੱਚਦਾ ਸੀ। ਇੰਨਾ ਗੰਦ ਪਾਇਆ ਬਸ ਪੁੱਛੀ ਕੁਛ ਨਾ, ਤੂੰ ਦੱਸ ਰੋਡੂ। ਮੈਨੂੰ ਤਾਂ ਦੱਸਦੇ ਨੂੰ ਸ਼ਰਮ ਆਉਂਦੀ ਆ। ਓਏ ਹੁਣ ਕੋਈ ਦੱਸੂਗਾ ਵੀ ਕੋਈ ਵੀ ਕੀ ਗੱਲ ਹੋ ਗਈ? ਡਾਂਸਰਾਂ ਨਾਲ ਨੱਚਦੇ ਨੱਚਦੇ ਇੱਕ ਡਾਂਸਰ ਦੇ ਚੁੰਡੀ ਵੱਜ ਲਈ, ਫੇਰ ਹੋ ਗਿਆ ਸ਼ੁਰੂ ਕੁਟਾਪਾ। ਮੁੰਡਿਆਂ ਵਾਲੇ ਨੇ ਕੁੱਟਿਆ, ਹੋਰ ਤਾਂ ਹੋਰ ਕੁੜੀ ਵਾਲੇ ਨੇ ਵੀ ਕੁੱਟਿਆ, ਹੋਰ ਤਾਂ ਹੋਰ ਸਾਰੇ ਵੇਟਰਾਂ ਨੇ ਵੀ ਕੁੱਟਿਆ, ਬਾਪੂ ਵਾਜੇ ਵਾਲਿਆਂ ਨੇ ਵੀ ਕੁੱਟਿਆ। ਮੇਰਿਆ ਸਾਲਿਆ ਅੱਗੇ ਨਾ ਬਣੀ, ਕਤਲ ਹੋ ਜਾਂਦੇ ਹੁੰਦੇ ਨੇ ਇਹਨੂੰ, ਮੈਂ ਕਰਾਉਣਾ ਕਤਲ। ਹਲ 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 ਮੇਰਾ ਸਾਲਾ ਕੁੜੀਆਂ ਛੇੜਦਾ, ਹਲ ਹਲ ਹੁਣ ਦੱਸ ਨਾ ਦੋਤਰਾ, ਹਲ ਹਲ ਤੈ ਨਹੀਂ ਕਦੇ ਕੋਈ ਪੱਤਰਕਾਰਾ ਕਰਿਆ ਕਿ ਮੈਂ ਬੋਕ ਟੱਟਦਾ ਹੈ ਸਾਲਾ ਥੁੱਕਲ ਕੁਜਾ। ਯਾਰ ਇਹ ਬੰਦਾ ਕਦੇ ਨਹੀਂ ਸੁਧਰਦਾ। ਕੋਈ ਨਾ ਬੁੜਿਆ, ਆ ਟੱਕੀ ਤੇ ਚੜ ਕੇ ਥੱਲੇ ਛਾਲ ਮਾਰੂ ਪੱਕੇ ਤੌਰ ਤੇ, ਮਰੂਗਾ ਜੱਟ ਜੱਟ ਨਾ ਕਹੀ ਜੇ ਨਾ ਮਰਿਆ। ਯਾਰ ਮੈਂ ਕਿਉਂ ਮਰਾਂ ਜੱਟ ਮਰੇ,
चल भाई अपने वालों 200% मुकम्मल बंदिया लै भाई नजारे। ਸਾਡੀ ਦਿਨ ਵਰ ਕੀ ਰੱਬ ਰਾਤ ਹੋਵੇ ਸਾਡੀ ਦਿਨ ਵਰ ਕੀ ਰੱਬ ਰਾਤ ਹੋਵੇ ਬਿਨਾਂ ਬਦਲਾ ਤੋਂ ਬਰਸਾਤ ਹੋਵੇ ਬਿਨਾਂ ਬਦਲਾ ਤੋਂ ਬਰਸਾਤ ਹੋਵੇ ਆਪੋ ਤੇ ਚੱਲੀਏ ਜਿੱਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ ਸਾਡੀ ਦਿਨ ਵਰ ਕੀ ਰੱਬ ਰਾਤ ਹੋਵੇ ਸਾਡੀ ਦਿਨ ਵਰ ਕੀ ਰੱਬ ਰਾਤ ਹੋਵੇ ਕੀੜੇ ਪੈਣਗੇ ਕੀੜੇ
ਉਹ ਮਾਰੀ ਨਾ ਜੇ ਬੱਖੀ ਚ ਮੁੱਕੀ ਮੇਰੇ ਸੜ ਤੇ ਰਾਤ ਪਾਦੂ ਰਾਤ ਹੱਥ ਨਾ ਲਾ ਦੀ ਮੈਨੂੰ ਕਿਤੇ ਕਿਉਂ ਤੇਰਾ ਸੌਦਾ ਹੋਇਆ ਹੋਇਆ ਸੌਦਾ ਤੁਹਾਡੇ ਖਾਨਦਾਨ ਚ ਹੁੰਦਾ ਨੇ ਸਾਡੇ ਨੀ ਅਸੀਂ ਤਾਂ ਇੱਜ਼ਤ ਵਾਲੇ ਆ ਜੈਲਦਾਰ ਹੁੰਨੇ ਜੈਲਦਾਰ ਉਹ ਜਾਣਦਾ ਤੁਹਾਡੀ ਇੱਜ਼ਤ ਨੂੰ ਸਾਲੇ ਇੱਕ ਨੰਬਰ ਦੇ ਚੋਰ ਲੱਗ ਵੇ ਅਸੀਂ ਨੱਖ ਹੁੰਨੇ ਨੱਖ ਤੁਸੀਂ ਅਨਪੜ ਗਵਾਰ ਹੈ ਸਾਡੀ ਸਾਰੀ ਫੈਮਿਲੀ ਪੜ੍ਹੀ ਲਿਖੀ ਮੇਰੇ ਵੱਡੇ ਭਰਾ ਨੇ ਐਮ ਏ ਕੀਤਾ ਛੋਟੇ ਨੇ ਬੀ ਏ ਕੀਤਾ ਤੇ ਤੇਰੀ ਮਾਂ ਨੇ ਗੁੱਸੇ ਚ ਆ ਕੇ ਫਿਰ ਹੈਡ ਮਾਸਟਰ ਕਰਿਆ ਉਹਨੂੰ ਛੱਡ ਕੇ ਫਿਰ ਨਚਾਰ ਕਰਿਆ ਤੇਰਾ ਬੇੜਾ ਬਹਿ ਜਾ ਮਰ ਜਾਣੇ ਦਾ ਹੈ ਮੇਰੇ ਬਖਤਾਵਰ ਜੈਲਦਾਰ ਬਾਪ ਨੂੰ ਤੂੰ ਨਚਾਰ ਦੱਸਦਾ ਮੇਰਾ ਬਾਪ ਤਾਂ ਇਹੋ ਜਿਹਾ ਜੇ ਕਿਸੇ ਵੇਲੇ ਵੇਖ ਲਵੇ ਨਾ ਤਾਂ ਉੱਥੇ ਬੰਦਾ ਥਾਂ ਹੀ ਮਰ ਜਾਂਦਾ ਜਾਣਦਾ ਤੁਹਾਡੀ ਇੱਜ਼ਤ ਨੂੰ ਉਹ ਮੈਨੂੰ ਕੱਲੇ ਨੂੰ ਨੀ ਆ ਪੂਰੀ ਦੁਨੀਆ ਜਾਣਦੀ ਆ ਜੈਦਰਾਂ ਦੇ ਗੰਦੇ ਖਾਨਦਾਨ ਨੂੰ ਹੈ ਪਿਓ ਤੇਰਾ 2 ਰੁਪਏ ਤੇ 200 ਠੁਮਕੇ ਲਾਉਂਦਾ ਹੈ ਬੱਤੀ ਆਈ ਹੈ ਅੱਜ ਮੈਂ ਦੇਖੀ ਤੈਨੂੰ ਮਾਰ ਕੇ ਦਿਖਾਉਂਗੀ ਦੇਖੀ ਜੇ ਤੈਨੂੰ ਰੰਡਾ ਨਾ ਕਰਕੇ ਗਈ ਤਾਂ ਮੈਨੂੰ ਵੀ ਜੈਦਰਾਂ ਦੀ ਨਾ ਆਖੀ ਮੈਂ ਕਰੰਟ ਲਾ ਕੇ ਮਰੂੰਗੀ ਚੰਗਾ ਉਹ ਕਰਦੀ ਲੈ ਨਾ ਤੈਨੂੰ ਕੁਝ ਨਹੀਂ ਹੋਣਾ ਮੈਂ ਤਾਂ ਥਰਮ ਬੈਂਸ ਬਗ ਜਾ ਠੰਡੇ ਤੂੰ ਉਤਲੇ ਚ ਛਾਲ ਮਾਰ ਜੈਦਰਾਂ ਸਰ ਨੂੰ ਹੱਥ ਲਾ ਕੇ ਗ੍ਰੈਜ ਜਾ ਗ੍ਰੈਜ ਸਾਰੀ ਗੰਦੇ ਖਾਨਦਾਨ ਨੇ ਸਾਰਾ ਨਜ਼ਾਰਾ ਖਰਾਬ ਕਰਤਾ ਚੱਲ ਬਈ ਮਨਾ ਫਿਰ ਉੱਥੇ ਨਜ਼ਾਰੇ ਸ਼ੁਰੂ ਕਰਦੇ ਇਹ ਇਧਰੋਂ ਮੋੜ ਦੇ ਬਾਈ ਇਹ ਕੱਟ ਦੇ ਗੱਡੀ ਟਰਾ ਲਓ ਜੀ ਇਹ ਹੈ ਸਾਡਾ ਪਿੰਡ ਈਲਵਾਲ ਦੇਖੋ ਹੁਣ ਇੱਥੇ ਨਜ਼ਾਰੇ ਇਹ ਉਹ ਦੇਖੀ ਦੇਖੀ ਬਚ ਕੇ ਟਰੈਕਟਰ ਚ ਨਾ ਮਾਰੀ ਕਿਤੇ ਪਤੰਦਰਾ ਹਾਂ ਲੈ ਚੱਲ ਬਚ ਕੇ ਇਹ ਰੂਪ ਚੌਧਰੀ ਦਾ ਟਰੈਕਟਰ ਸੀਗਾ ਹਾਂ ਇਹ ਲੈ ਮਿੱਤਰਾ ਕਿਹੜਾ ਇੱਥੇ ਮਾਰਦੇ ਬ੍ਰੇਕਾਂ ਓਏ ਜੋਗਿਆ ਆ ਗਿਆ ਜੋਗਿਆ ਓਏ ਆ ਕਿਨੂੰ ਚੱਕ ਲਿਆ ਆ ਮੇਰਾ ਯਾਰ ਜੋਗਾ ਸਿੰਘ ਜਗਾੜੀ ਕਿੱਥੇ ਆ ਓ ਬਾਪੂ ਪਹਿਲਾਂ ਅੰਦਰ ਦਾ ਚੱਲੋ ਆ ਜਾਓ ਚਲੋ ਓਏ ਓ ਚੱਲ ਰੋਡੂ ਚੱਲ ਚੱਲ ਅੰਦਰ ਬੈਠੋ ਬੈਠੋ ਅੰਗਰੇਜ਼ ਸਾਹਿਬ ਬੈਠੋ ਓਏ ਖੋਤੇ ਦੇ ਪੁੱਤਰਾ ਹੁਣ ਦੱਸੇਗਾ ਵੀ ਮੇਰਾ ਯਾਰ ਜੋਗਾ ਸਿੰਘ ਜਗਾੜੀ ਕਿੱਥੇ ਹੈ ਓ ਬਾਪੂ ਇਹ ਉਸੇ ਦੇ ਜਗਾੜ ਹੈ ਮੇਰਾ ਮਤਲਬ ਹੈ ਇਹ ਹੈ ਜੋਗੇ ਦਾ ਮੁੰਡਾ ਅਚਾਨਕ ਜੋਗੇ ਦੀ ਤਬੀਅਤ ਖਰਾਬ ਹੋ ਗਈ ਸੋ ਹੁਣੇ ਇਹਨੂੰ ਇੱਥੇ ਭੇਜਤਾ ਅੱਛਾ ਅੰਗਰੇਜ਼ ਉਹਦਾ ਮੁੰਡਾ ਹੈ ਹਾਂ ਓਏ ਮੈਨੂੰ ਪਤਾ ਹੈ ਉਸ ਕੰਜਰ ਦੇ ਪੁੱਤ ਨੇ ਇੱਕ ਮੇਮਣੀ ਨਾਲ ਵਿਆਹ ਕਰਾ ਲਿਆ ਸੀ 25-30 ਸਾਲ ਪਹਿਲਾਂ ਆਈ ਸੀ ਪਿੰਡ 'ਚ ਬੁਲਾਈ ਸੋਹਣੀ ਸੀ ਓਏ 10 ਦਿਨ ਪਿੰਡ ਦੇ ਮੁੰਡਿਆਂ ਨੇ ਕੰਮ ਦਾ ਡੱਕਾ ਨਹੀਂ ਸੀ ਤੋੜਿਆ ਓਏ ਬਾਪੂ ਇਹ ਹੁਣ ਆਪਣੇ ਘਰੇ ਰਹੂਗਾ ਠੀਕ ਹੈ ਉਹ ਨਾਲੇ ਬਾਈ ਇਹਨੇ ਇਹੋ ਜਿਹੀਆਂ ਗੋਲੀਆਂ ਤਿਆਰ ਕੀਤੀਆਂ ਨੇ ਜਿਹੜੀਆਂ ਬੁੱਢੇ ਨੂੰ ਜਵਾਨ ਖੋਤੇ ਦਾ ਬੰਦਾ ਤੇ ਕੁੜੀ ਦਾ ਮੁੰਡਾ ਬਣਾ ਦਿੰਦੀਆਂ ਨੇ ਅੱਛਾ ਕੁੜੀ ਦਾ ਮੁੰਡਾ ਬਣਾ ਦਿੰਦੀਆਂ ਨੇ ਹਾਂ ਕੀ ਕੌਣ ਹੈ ਉਹ ਦਿਸ ਇਜ਼ ਗੰਦ ਆਫ ਪੰਜਾਬ ਰੂੜੀ ਮੈਨ ਮਾਈ ਵੱਡਾ ਬ੍ਰਦਰ ਹੈ ਸਾਡਾ ਪਿਓ ਮਾਈ ਫਾਦਰ ਫਾਦਰ ਹੈਲੋ ਹੈਲੋ ਏ ਓਏ ਇਹਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਹੈਲੋ ਭੈਣ ਦੇਣੇ ਦਿਆ ਹੈਲੋ ਇਹ ਕੌਣ ਹੈ ਇਹ ਮੇਰੇ ਮੁੰਡੇ ਨੇ ਇਹ ਮੇਰਾ ਵੱਡਾ ਮੁੰਡਾ ਇਹ ਮੇਰਾ ਛੋਟਾ ਮੁੰਡਾ ਮੇਰੀ ਲਾਦ ਹੈ ਮਾਈ ਨੇਫਿਊ ਮੇਰੇ ਭਤੀਜੇ ਨੇ ਨਾਲੇ ਬਾਪੂ ਇਹਨੂੰ ਪੰਜਾਬੀ ਬਹੁਤ ਘੱਟ ਆਉਂਦੀ ਹੈ ਉਹ ਇਹਦੀ ਅੰਗਰੇਜ਼ੀ ਤਾਂ ਗੱਡੀ 'ਚ ਮੈਂ ਵੀ ਮਸਾਂ ਹੀ ਸਮਝਿਆ ਸੀਗਾ ਓਏ ਚੰਗਾ ਇਹਨੂੰ ਨਮਾਤਮਾ ਕੇ ਤਿਆਰ ਕਰ ਦੋ ਓਏ ਨਾਲੇ ਇਹਨੂੰ ਪੰਜਾਬੀ ਸਿਖਾ ਦੋ ਬਾਪੂ ਮੈਂ ਇਹਨੂੰ ਗੰਦੀਆਂ ਗਾਲਾਂ ਕੱਢਣੀਆਂ ਸਿਖਾਉਂਗਾ ਓ ਚੰਦਰੀ ਗੰਦੀਏ ਲਾਦੇ ਫੇਰ ਸਿਖਾ ਲਈ ਪਹਿਲਾਂ ਇਸ ਕੰਜਰ ਦੇ ਪੁੱਤ ਦਾ ਸਮਾਨ ਤਾਂ ਲਾ ਲਓ ਗੱਡੀ 'ਚੋਂ ਓਏ ਹਾਂ ਉਹ ਮੈਂ ਤਾਂ ਸਮਾਨ ਲਾਉਣਾ ਇਹਦੇ ਬੈਗ 'ਚੋਂ ਕੀ ਪਤਾ ਮੈਂ ਨਿਕਲਿਆ ਵੇ ਚਲੋ ਅੰਗਰੇਜ਼ ਜੀ ਨਹਾਇੰਗ ਧੋਇੰਗ ਬਾਥਿੰਗ ਘੁੰਮਿੰਗ ਐਂਡ ਸਲੀਪਿੰਗ ਓਕੇ ਆਜੋ ਆਜੋ ਚੱਲ ਚੱਲੀਏ ਰੋਡੂ ਆਪਾਂ ਵੀ ਆਜੋ ਆਈ ਦਿਖਾਏਂਗੀ ਯੂਰ ਬੈਡਰੂਮ ਆਜੋ ਕਮ 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 ਜਵਾਨ ਹੁਣ ਤੱਕ ਤਾਂ ਮੇਰੀ ਚੰਦਰੀ ਗੰਦੀ ਲਾ ਦੀ ਨਜ਼ਾਰੇ ਲੈਂਦੀ ਤੀ ਹਾਏ ਹੁਣ ਤਾਂ ਨਜ਼ਾਰੇ ਲੈਣ ਦੀ ਵਾਰੀ ਮੇਰੀ ਆਈ ਮਰ ਗਿਆ ਆਈ ਚੱਕ ਬਈ ਇਹ ਆ ਮੇਰਾ ਚੱਕ ਬੋਲੇ ਓਏ ਤੂੰ ਜਦ ਨਾ ਵੀ ਬਸ 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 ਚੱਲ ਚੱਲ ਚੱਕ ਬਈ ਚੀਅਰਸ ਚੀਅਰਸ ਯਾਰ ਉਹਨੀ ਤੈਨੂੰ ਪਾਈ ਆ ਉਹਨੀ ਤੈਨੂੰ ਪਾਈ ਆ ਮੈਂ ਕੋਈ ਲੜੂ ਬੰਦਾ ਯਾਰ ਮੈਂ ਬਰਾਬਰ ਦੀ ਪਾਈ ਆ ਯਾਰ ਓ ਬਾਈ ਰੂਪ ਇਹ ਅੰਗਰੇਜ਼ਾਂ ਦਾ ਦਾਰੂ ਪੀਣ ਤੋਂ ਪਹਿਲਾਂ ਮਹੂਰਤ ਹੁੰਦਾ ਇਹ ਕਹਿੰਦੇ ਨੇ ਕੁਰਸੀਆਂ ਓਏ ਮੇਰੀ ਗੱਲ ਸੁਣ ਇੱਕ ਬੋਤਲ ਪਹਿਲਾਂ ਸੜਾ ਕੇ ਅੱਧੀ ਆ ਸੜਾ ਕੇ ਹਜੇ ਸਾਲੇ ਦਾ ਮੂਰ ਤੜੀ ਰਹਿ ਗਿਆ ਚਲੋ ਪੀ ਲਓ ਪੀ ਲਓ ਫਿਰ ਪੀਓ ਸਕੌਚ ਪੀ ਸਾਡੀ ਰੂੜੀ ਸਕੌਚ ਪੀ ਇਤਨਾ ਅੱਛਾ ਵਿਸਕੀ ਮੈਨੇ ਪਹਿਲੇ ਕਭੀ ਨਹੀਂ ਪੀਆ ਓ ਅੰਗਰੇਜ਼ ਸਾਹਿਬ ਇਹ ਤਾਂ ਅਜੇ ਚੌਥੇ ਤੋੜ ਦੀ ਹੈ ਹਜੇ ਤਾਂ ਅਸੀਂ ਤੁਹਾਨੂੰ ਪਹਿਲੇ ਤੋੜ ਦੀ ਦਾ ਨਜ਼ਾਰਾ ਨਹੀਂ ਦਿਖਾਇਆ ਇਹ ਪਹਿਲੇ ਤੋੜ ਕੀ ਕਿਆ ਹੋਤੀ ਹੈ ਗੋਰਿਆ ਜਬ ਹਮ ਦਾਰੂ ਕਾੜਤੇ ਹੈ ਨਾ ਜੋ ਪਹਿਲੀ ਬੋਤਲ ਹੋਤੀ ਹੈ ਉਸਕੋ ਹਮ ਪਹਿਲੇ ਤੋੜ ਕੀ ਬੋਲਤਾ ਹੈ ਫਸਟ ਤੋੜ ਦੀ ਦੇਖੋ ਅੰਗਰੇਜ਼ ਸਾਹਿਬ
ਤੁਸੀਂ ਮੇਰਾ ਕਿਸੇ ਮੇਮ ਨਾਲ ਵਿਆਹ ਕਰਾ ਦਿਓ, ਨਹੀਂ ਤਾਂ ਮੈਂ ਕੁਆਰੀ ਮਰ ਜੂਗਾ। ਹਮ ਤੁਹਾਡੀ ਸ਼ਾਦੀ ਮੇਮ ਸੇ ਹੀ ਕਰਵਾਏਗਾ। ਥੈਂਕ ਯੂ ਜੀ। ਇਹ ਆ ਲਓ ਮਿੱਠੀ। ਓਏ ਗੰਦ ਨਹੀਂ ਪੈਂਦਾ, ਚੱਕ ਲਿਆਓ ਜੀ। ਇੰਨੀ ਗੱਲ ਯਾਦ ਰੱਖੀ ਭੋਲੇ, ਇਹਨਾਂ ਮੇਮਾਂ ਦੀ ਇੱਜ਼ਤ ਉੱਜਤ ਕੋਈ ਨਹੀਂ ਹੁੰਦੀ, ਇਹਨਾਂ ਦਾ ਕੋਈ ਪਤਾ ਨਹੀਂ ਕਿਹਦੇ ਨਾਲ ਚੱਲ ਜਾਣ। ਉਹ ਤੂੰ ਦੇਖੀ ਤਾਂ ਸਹੀ ਬਾਈ, ਪਰਛਾਵੇਂ ਵਾਂਗੂ ਮੈਂ ਤਾਂ ਉਹਦੇ ਨਾਲ ਨਾਲ ਰਹੂੰਗਾ। ਪਰਛਾਵੇਂ ਵਾਂਗੂ ਤਾਂ ਯਾਰ ਮੈਂ ਵੀ ਨਾਲ ਰਹੂੰਗਾ। ਕੀ ਮੇਰਾ ਮਤਲਬ ਹੈ ਯਾਰ, ਮੈਂ ਨਿਗਾਹ ਨੁਗਾ ਰੱਖੂੰਗਾ ਯਾਰ, ਆਪਣੇ ਘਰ ਦੀ ਇੱਜ਼ਤ ਹੈ ਯਾਰ, ਐ ਆਪਾਂ ਕੋਈ ਉਹੀ ਤੁਰੇ ਫਿਰਦੇ ਆ ਯਾਰ, ਇੰਨੇ ਮੁੰਡੇ ਆ ਯਾਰ। ਓਏ ਮੈਨੂੰ ਤੇਰੀ ਕੋਈ ਲੋੜ ਨਹੀਂ, ਆਈ ਹੈਵ ਨਾਟ ਯੂਅਰ ਲੋਡ। ਮੈਂ ਤਾਂ ਬਾਈ ਉਹਨੂੰ ਸੋਹਣੇ ਸੋਹਣੇ ਕੱਪੜੇ ਲਿਆ ਕੇ ਦੇਊਂਗਾ ਬਾਈ। ਓਏ ਤੈਨੂੰ ਕੱਪੜੇ ਲਿਆਉਣ ਦੀ ਬਈ ਜ਼ਰੂਰਤ ਹੀ ਨਹੀਂ ਪੈਣੀ। ਕਿਉਂ? ਦੇਖ ਤੇਰੀ ਭਰਜਾਈ ਦਾ ਸੂਟ ਬਣਦਾ ਬਾਈ ਜੀ 5 ਮੀਟਰ ਦਾ, ਬੜੇ ਪਣੇ ਦਾ। ਜਿਹੜੀ ਤੇਰੇ ਵਾਲੀ ਮੇਮ ਹੋਊਗੀ 1 ਮੀਟਰ ਦੇ 5 ਸੂਟ ਬਣਾਊਗੀ ਬਾਈ। ਮੈਨੂੰ ਇੱਕ ਗੱਲ ਦੱਸੋ ਅੰਗਰੇਜ਼ ਸਾਹਿਬ, ਇਹ ਤੁਹਾਡੀਆਂ ਕੁੜੀਆਂ, ਮੇਰਾ ਮਤਲਬ ਹੈ ਇਹ ਮੇਮਾ ਇੰਨੇ ਘੱਟ ਕੱਪੜੇ ਕਿਉਂ ਪਾਉਂਦੀਆਂ ਨੇ? ਵਾਏ ਫੈਸ਼ਨ ਹੈ ਮਾਡਰਨ ਜ਼ਮਾਨਾ। ਓਏ ਅੰਗਰੇਜ਼ਾ, ਜਿੰਨੀਆਂ ਤੁਹਾਡੀਆਂ ਮੇਮਾ ਨਾ ਬਾਹਰ ਕੱਪੜੇ ਪਾਉਂਦੀਆਂ ਨੇ, ਆ ਸਾਡੇ ਵਾਲੀਆਂ ਉਹਨੇ ਗੁਤਲਖਾਨੇ ਚ ਪਾਉਂਦੀਆਂ ਨੇ। ਅੰਗਰੇਜ਼ ਸਾਹਿਬ, ਹੁਣ ਤੁਸੀਂ ਛੇਤੀ ਦਿਨੇ ਗੋਲੀਆਂ ਤਿਆਰ ਕਰ ਦੋ, ਜਿਨ੍ਹਾਂ ਨੂੰ ਖਾ ਕੇ ਭੋਲਾ ਹੋਰ ਜਵਾਨ ਹੋ ਜਾਏ। ਆ ਦੇਖ ਲਾ, ਹੋ ਗਿਆ ਮੇਰਾ ਸਾਲਾ ਜਵਾਨ, ਲੱਗ ਗਿਆ ਮਿੱਟੀ ਖਾਣ। ਅੰਗਰੇਜ਼ਾ, ਇਹ ਤਾਂ ਸਾਰੇ ਲੜੂ ਬੰਦੇ ਨੇ, ਤੂੰ ਇਹੋ ਜਿਹੀਆਂ ਗੋਲੀਆਂ ਮੈਨੂੰ ਖਵਾ, ਮੇਰਾ 20-25 ਮੇਮਾਂ ਨਾਲ ਵਿਆਹ। ਓਏ ਤੂੰ ਵੀ ਸਾਲਾ ਹੋ ਗਿਆ ਚੁੰਨ। ਓਏ 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 ਓਏ, ਲੈ ਬਾਈ ਇਹ ਤਾਂ ਸਾਰੇ ਹੋ ਗਏ ਟੁੰਨ, ਆਪਾਂ ਨੀ ਹੁਣ ਜ਼ਿਆਦਾ ਪੀਂਦੇ, ਬਸ ਆਹੀ ਪੈਗ ਲਾ ਕੇ ਆਪਾਂ ਤਾਂ ਲੈਂਦੇ ਹਾਂ ਨਜ਼ਾਰੇ, ਸਾਰੀ ਮੇਮ ਹੀ ਨਾ ਜੇ ਸਭ। ਭੈਣ ਦੇਣੇ ਦਾ ਬਲੈਤ ਗਿਆ ਕਿ ਟੱਟੀ ਗਿਆ? ਉਹ ਦੇਖ ਲਾ ਕਿਤੇ ਸਾਪੀ ਨਾਲ ਲੜ ਗਿਆ ਹੋਵੇ। ਆ ਗਿਆ। ਹਲੋ, ਇਹ ਕਿਆ ਖਾ ਰਹੇ ਹੋ ਤੁਮ ਲੋਗ? ਦਿਸ ਇਜ਼ ਗੰਨਾ। ਗੰਨਾ? ਇਹ ਗੰਨਾ ਕਿਆ ਹੋਤਾ ਹੈ? ਗੰਨਾ ਹੋਤਾ ਹੈ ਗੰਨਾ, ਇਸਕੇ ਉੱਪਰ ਆਗ ਹੋਤੇ ਹੈ ਆਗ। ਇਸਕਾ ਗੁੜ ਬਨਤਾ ਹੈ, ਖੰਡ ਬਨਤੀ ਹੈ। ਕਿਆ? ਇਸਕਾ ਸ਼ੂਗਰ ਬਨਤਾ ਹੈ ਔਰ ਇਸਕੀ ਸ਼ਰਾਬ ਬਨਤੀ ਹੈ, ਰੂੜੀ ਸਕੌਚ। ਓਹ, ਇਟਸ ਵੈਰੀ ਸਟਰੋਂਗ ਸਕੌਚ। ਜੇ ਹਮਾਰੇ ਖੇਤ ਮੇ ਐਸੇ ਬੀਤੇ ਹੈ ਔਰ ਐਸਾ ਹੋਤਾ ਹੈ। ਇਧਰ ਪੰਜਾਬ ਮੇ ਜੱਟ ਗੰਨਾ ਨਹੀਂ ਦੇਤਾ, ਪਹਿਲੀ ਦੇਤਾ ਹੈ। ਹਮ ਕੋ ਵੀ ਖਾਨਾ ਮੰਗ ਰਹਾ ਹੈ। ਖਾਇਦਾ ਨਹੀਂ, ਚੁੱਪੀ ਰਹਿ, ਲੈ ਫੜ ਚੁੱਪਿੰਗ ਚੁੱਪਿੰਗ। ਥੈਂਕ ਯੂ। ਕੱਟੇ ਵਰਗਾ ਪਿਆ, ਗੰਨਾ ਨੀ ਚੁੱਪ ਸਕਦਾ, ਤੈਨੂੰ ਮੈਂ ਨਰਮ ਕਰਕੇ ਦਿੰਦਾ। ਦੇਖ ਐਵੇਂ ਗੰਨਾ ਚੁੱਪੀਦਾ, ਆ ਦੇਖ ਇਸ ਤਰ੍ਹਾਂ ਚਬਾਉਣ ਨਾਲ ਹੀ ਮਿੱਠਾ ਹੁੰਦਾ। ਥੈਂਕ ਯੂ। ਓ ਇਹ ਤਾਂ ਅਭੀ ਵੀ ਫੀਕਾ ਹੈ। ਚੁੱਪੀ ਜਾ ਚੁੱਪੀ ਜਾ, ਹਾਂ ਆਪੀ ਮਿੱਠਾ ਹੋ ਜੂ। ਹਾਂ ਥੈਂਕ ਯੂ। ਚਲੋ ਘਰੇ ਚੱਲਿੰਗ। ਚਲੋ, ਹਮਨੇ ਸਕੂਲ ਜਾਣਾ ਹੈ। ਓ ਵੈਰੀ ਗੁੱਡ ਚਿਲਡਰਨ। ਜੀਤ ਪੈਂਚਰਾਂ ਦੇ ਮਸ਼ਹੂਰ ਗੋਲੀ ਵਾਲੇ ਬੱਤੇ, ਠੰਡੇ ਠਾਰ ਬੱਤੇ। ਜੀਤ ਪੈਂਚਰਾਂ ਦੇ ਮਸ਼ਹੂਰ ਗੋਲੀ ਵਾਲੇ ਬੱਤੇ, ਜਿਹੜਾ ਪਿਊ ਬੱਤੇ ਉਹਦੇ ਹੋਣਗੇ ਬੱਚੇ। ਆਜੋ ਆਜੋ ਠੰਡੇ ਠਾਰੇ। ਰੋਕ 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 ਮਾੜਾ ਜਾ, ਛੂ ਮੈਂ ਮਾਚੀਆ। ਬੇ ਜੀਤ, ਬੇ ਤੂੰ ਕੋਈ ਕੰਮ ਛੱਡੇਗਾ ਵੀ? ਆਹੋ ਬੱਤੇ ਵੇਚਣ ਲੱਗ ਗਿਆ ਹੈ। ਉਹ ਤੈਨੂੰ ਤਾਂ ਪਤਾ ਦੇਬੋ, ਆਪਾਂ ਤਾਂ ਸੀਜ਼ਨ ਦੇ ਮੁਤਾਬਕ ਕੰਮ ਕਰਦੇ ਆ। ਅੱਛਾ, ਆਥਣ ਤੜਕੇ ਆਪਾਂ ਪੈਂਚਰਾਂ ਦੀ ਦੁਕਾਨ ਸਾਂਭਦੇ ਆ। ਮਹਿੰਗਾਈ ਦਾ ਜ਼ਮਾਨਾ ਹੈ, ਸਾਈਡ ਬਿਜ਼ਨਸ ਜ਼ਰੂਰੀ ਹੈ। ਪੀ ਬੱਚਾ। ਨਾ 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 ਨਾ, ਮੈਂ ਨਹੀਂ ਪੀਂਦੀ, ਇਹ ਤਾਂ ਮੇਰੀ ਬਿਮਾਰੀ ਦਾ ਖਾਜਾ ਹੈ। ਓਹੋ, ਉਹ ਜਿਹੜੇ ਭਈਏ ਵੇਚਦੇ ਨੇ ਉਹ ਆ ਨਿਰੀ ਬਿਮਾਰੀ ਦਾ ਖਾਜਾ, ਉਹ ਇਹ ਤਾਂ ਢਿੱਡੂ ਦੀ ਬੇਬੇ ਆਪ ਤਿਆਰ ਕਰਦੀ ਹੈ। ਬੇ ਭਈਏ ਤਾਂ ਨਿਰੀ ਬਿਮਾਰੀ ਫੈਲਾ ਰਹੇ ਨੇ। ਕੱਲ ਇੱਕ ਭਈਆ ਗੋਲ ਗੱਪਿਆਂ ਨੇ ਪਾਣੀ ਚ ਟੋਬੇ ਦਾ ਪਾਣੀ ਪਾਈ ਜਾਵੇ, ਹੂੰ ਮੈਂ ਮਰ ਜਾ। ਬੇਜੀਤ, ਤਾਂ ਸੁਣਿਆ ਕੱਲੇ ਬੁੜੇ ਕੇ ਘਰੇ ਰੰਗੇ ਜਾ ਹੋਇਆ, ਕੌਣ ਹੋ? ਉਹ ਬੜੀ ਪੁਰਾਣੀ ਗੱਲ ਆ ਦੇਬੋ, ਉਹ ਜਿਹੜਾ ਖਜ਼ਾਨਾ ਬੜਾ ਹੁੰਦਾ ਤੀਗਾ ਲੰਬਰਦਾਰ ਆ ਕੇ ਲਾਣੇ ਚੋਂ। ਆਹੋ, ਉਹਦਾ ਮੁੰਡਾ ਤੀਗਾ ਜੋਗਾ ਸਿੰਘ ਜਗਾੜੀ,
ਜਿਹਦਾ ਜਗਾਲ ਲੱਗ ਗਿਆ ਅਮਰੀਕਾ ਚਲਾ ਗਿਆ। ਇਹ ਮੈਂ ਨਹੀਂ ਜਾਣਦੀ, ਉਹ ਤਾਂ ਮੈਂ ਨਵੀਂ ਨਵੀਂ ਵਿਆਹੀ ਆਈ ਸੀ ਪਿੰਡ ਚ। ਹਾਂ ਓਏ ਉਹਨੇ ਜਾ ਕੇ ਉਧਰ ਮੇਮ ਪੱਟ ਲਈ, ਉਹਦੇ ਨਾਲ ਵਿਆਹ ਕਰਾ ਲਿਆ, ਉਹਦਾ ਮੁੰਡਾ ਹੋ ਅੰਗਰੇਜ਼। ਬੇ ਉਹਨਾਂ ਦਾ ਤਾਂ ਸਾਰਾ ਟੱਬਰ ਹੀ ਬਾਹਰ ਹੈ। ਉਹ ਕੈਲੇ ਬੁੜੇ ਦਾ ਦੋਸਤ ਸੀਗਾ ਤਾਂ ਉਹਨਾਂ ਦੇ ਘਰੇ ਆ ਕੇ ਰਹਿੰਦਾ। ਬੇ ਮੈਂ ਸੁਣਿਆ ਕੋਈ ਉਹ ਦਵਾਈ ਦਵੂਈ ਜੀ ਬਣਾਉਂਦਾ ਹੈ ਬੰਦਿਆਂ ਤੋਂ, ਬੁੜਾ ਬੁੜੇ ਤੋਂ ਜਵਾਨ, ਬਿੱਲੀ ਤੋਂ ਕੁੱਤਾ, ਇਹੋ ਜਿਹਾ ਕੁਛ ਕਰਦਾ। ਉਹ ਦੇਬੋ ਇੰਨਾ ਅੰਗਰੇਜ਼ਾਂ ਦਾ ਦਿਮਾਗ ਬੜਾ ਹਾਈ ਫਾਈ ਹੁੰਦਾ, ਇਹ ਤਾਂ ਪਤੰਦਰ ਚੰਦ ਤੇ ਵੀ ਪਹੁੰਚ ਗਏ। ਲੈ ਭਾਈ ਜੀਤ, ਮੈਂ ਤਾਂ ਜਾਣੀ ਆ ਸੁਖਦੇਵ ਡਾਕਟਰ ਨੂੰ ਬੁਲਾਉਣ, ਮੇਰੀ ਮੈਸ ਦੇ ਤਾਂ ਪਰਸੋਂ ਦੀ ਜੇਰ ਨੀ ਪਈ, ਬਾਲੀ ਔਖੀ ਆ, ਰਾਤ ਬੈਠ ਕੇ ਕੱਟੀ ਆ। ਚੰਗਾ ਇਹ ਠੰਡੇ ਠਾਰੇ ਗੋਲੀ ਵਾਲੇ ਬੱਚੇ, ਠੰਡੇ ਠਾਰੇ ਭੈਣ ਸਦਕੇ, ਮੇਰੇ ਮਾਂ ਜਾਏ, ਮੇਰੇ ਖਾਨਦਾਨ ਦੇ ਚਿਰਾਗ, ਮੇਰੇ ਦੇਸਾਂ ਦੇ ਰਾਜੀ ਆਏ ਨੇ। ਤਗੜੀਆਂ ਭੈਣੇ ਜਿੰਦਰੇ, ਮੱਥਾ ਟੇਕਦਾ ਭੈਣੇ, ਜਿਉਂਦਾ ਰਹਿ ਵੀਰ, ਤੇਰੀ ਲੰਮੀ ਉਮਰ ਹੋਵੇ। ਸੱਚੀ ਅੱਜ ਤਾਂ ਮੇਰੇ ਘਰੇ ਚੰਨ ਚੜ ਗਿਆ, ਤੜਕੇ ਦਾ ਕਾਂ ਬੋਲੀ ਜਾਂਦਾ ਸੀ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੇਰੇ ਵੀਰ ਆਉਣਗੇ। ਉਹ ਭੈਣੇ ਅਸਲ ਚੌਣਾ ਦਾ ਸੀ, ਪਰਸੋਂ ਸੀਗਾ, ਉਹ ਮੁੱਖ ਮੰਤਰੀ ਦਾ ਕੰਮ ਸੀ ਗਰੀਬਾਂ ਦਾ, ਉਹ ਮੈਂ ਕਿਹਾ ਕੋਈ ਭਲੇ ਦਾ ਕੰਮ ਵੀ ਕਰ ਦਈਏ, ਅਕਸਰ ਸਾਡੀ ਵੀ ਇੱਜ਼ਤ ਹੈ। ਚੰਗਾ ਵੀਰ, ਆਹੀ ਭਲੇ ਦੇ ਕੰਮ ਕਰਵਾਈ ਜਾਇਓ, ਨਾਲੇ ਆਪਣੇ ਜੈਲਦਾਰਾਂ ਦੇ ਖਾਨਦਾਨ ਤੋਂ ਬਿਨਾ ਇਹ ਭਲੇ ਦਾ ਕੰਮ ਹੋਰ ਕੋਈ ਕਰ ਹੀ ਨਹੀਂ ਸਕਦਾ। ਮੈਂ ਸੁਣਿਆ ਭੈਣੇ ਆਪਣੇ ਘਰੇ ਅੰਗਰੇਜ਼ ਆਇਆ ਹੋਇਆ। ਆਹੋ ਮੱਦੀ ਇਹੋ ਜਿਹੀ ਦਵਾਈ ਤਿਆਰ ਕਰ ਰਿਹਾ, ਕਹਿੰਦੇ ਜਵਾਨ ਤੋਂ ਬੁੱਢਾ ਤੇ ਬੁੱਢੇ ਤੋਂ ਜਵਾਨ ਬਣਾਉਂਦਾ। ਲੈ ਵੀ ਜੁਰਿਆ, ਫਿਰ ਤੂੰ ਤਾਂ ਬਣ ਗਿਆ 18 ਸਾਲ ਦਾ, ਤੇਰੀ ਤਾਂ ਖੈਰ ਫਿਰ ਬਣ ਗਈ ਇੱਜ਼ਤ। ਭੈਣੇ ਜੀਜਾ ਸਮਝ ਨੀ ਦਿੰਦੇ। ਤੇਰਾ ਜੀਜਾ ਅੰਗਰੇਜ਼ ਨੂੰ ਲੈ ਕੇ ਖੇਤਾਂ ਵਿੱਚ ਕਮਾਉਣ ਗਿਆ ਹੋਇਆ, ਭਾਈ ਅੰਗਰੇਜ਼ ਤਾਂ ਦਿਨ ਰਾਤ ਦਵਾਈ ਤਿਆਰ ਕਰਨ ਵਿੱਚ ਲੱਗਿਆ ਹੋਇਆ, ਕਹਿੰਦਾ ਬਸ ਇੱਕ ਹਫ਼ਤੇ ਦੇ ਵਿੱਚ ਮੈਂ ਦਵਾਈ ਤਿਆਰ ਕਰਕੇ ਦੇ ਦੇਣੀ ਹੈ। ਉਹ ਮਦੀ ਉਹ ਕੇਲੇ ਸੰਤਰੇ ਕਿੱਥੇ ਹੋਏ? ਉਹ ਬਾਈ ਉਹ ਤਾਂ ਮੈਂ ਕਾਲੀ ਚ ਰੇੜੀ ਤੇ ਭੁੱਲਿਆ ਆ। ਫਿਰ ਫਿੱਟੇ ਲਾਂਤ ਤੇਰੇ ਸਾਲਿਆ, ਜਵਾਕ ਜਾਣ ਗਿਆ ਹੋਏ, ਭੈਣ ਦੇ ਘਰੇ ਖਾਲੀ ਹੱਥ ਆਈ ਜਾਂਦਾ, ਲੈ ਸਾਡੀ ਕੋਈ ਇੱਜ਼ਤ ਆ ਯਾਰ। ਓਹੋ ਫਿਰ ਕੀ ਹੋ ਗਿਆ, ਬਥੇਰਾ ਫੂਕਣਾ ਫੂਕਦੇ ਹੋ ਤੁਸੀਂ ਇਸ ਘਰ ਦਾ। ਓ ਚੱਲ ਛੱਡ ਭੈਣੇ, ਤੂੰ ਅੱਗੇ ਖੁਸ਼ੀ ਦੀ ਖਬਰ ਸੁਣ। ਹਾਂ ਬਾਪੂ ਰਿਹਾ ਹੋ ਗਿਆ ਪਰਸੋਂ ਜੇਲ੍ਹ ਚੋਂ। ਸੱਚੀ? ਹਾਂ ਅਸੀਂ ਤੁਰੇ ਤਾਂ ਇਕੱਠੇ ਸੀ ਘਰੋਂ, ਉਹ ਬਸ ਚੜ ਗਿਆ ਸੀ, ਪਹੁੰਚਿਆ ਨੀ ਭਲਾ ਅਜੇ। ਨਾ ਆਇਆ ਨੀ ਗਾ ਹਲੇ ਤੱਕ। ਓ ਭੈਣੇ ਓ ਆ ਗਿਆ ਬਾਪੂ। ਤੁਹਾਨੂੰ ਪਤਾ ਨੀ ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਤੂੰ ਮੇਰੀ ਰਾਣੀ ਧੀ, ਕੋਈ ਨਾ ਧੀਏ ਤੂੰ ਰੋ ਨਾ, ਹੁਣ ਮੈਂ ਆ ਗਿਆ, ਦੇਖੀ 6 ਸਾਲਾਂ ਦੀਆਂ ਕਸਰਾਂ ਕੱਢ ਕੇ ਜਾਊਂਗਾ। ਜੇ ਇੱਕ ਇੱਕ ਨੂੰ ਨਾ ਨੱਚਣ ਲਾਤਾ ਤੇ ਮੈਨੂੰ ਵੀ ਕਿਹਨੇ ਕਹਿਣਾ ਜੈਲਦਾਰ ਬਖਤਾਵਰ ਸਿੰਘ। ਚੱਲ ਕੁੜੀਏ ਸਾਡੀ ਕੋਈ ਇੱਜ਼ਤ ਹੈ। ਚਲੋ ਚਲੋ ਵੀਰ, ਅੱਜ ਤਾਂ ਸੁੱਖ ਨਾਲ ਮੇਰਾ ਘਰ ਭਰ ਗਿਆ, ਅੱਜ ਤਾਂ ਮੈਂ ਖੀਰ ਕੜਾਹ ਤੇ ਪੂਰੀਆਂ ਬਣਾਉਂਗੀ। ਚਲੋ ਇੱਕ ਮਿੰਟ ਸ਼ਿੰਦਰੇ, ਗੱਲ ਤਾਂ ਸੁਣ, ਆ ਕੋਠੀ ਵਾਲ ਤਾਂ ਬੁਲਾਈ ਚ ਕੱਢੇ ਪਏ ਆ, ਟਰੈਕਟਰ ਕਾਰਾਂ, ਕਿਤੇ ਸਾਡੇ ਵਾਲਾ ਕੰਮ ਤਾਂ ਨੀ ਸ਼ੁਰੂ ਕਰ ਲਿਆ? ਲੈ ਓਏ ਬਾਪੂ ਤੂੰ ਚੁੱਪ ਕਰ, ਆ ਜਾ ਭੈਣੇ ਆਪਾਂ ਅੰਦਰ ਬਹਿ ਕੇ ਗੱਲਾਂ ਕਰਦੇ ਆ। ਚਲੋ 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 ਦੇਖ ਲਾ ਕੇ ਡਾਂਸ ਕਰੀਏ। ਹੁਣ ਹੋਣਗੇ ਸ਼ੁਰੂ ਡਰਾਮੇ। ਆ ਜਾ ਵੀ ਆ ਜਾ ਗੋਰਿਆ, ਇਹ ਸਾਡਾ ਪਿੰਡ ਹੈ, ਹੈਂ ਖੇਤਾਂ ਤਾਂ ਬੜੇ ਦੇਖ ਲੈ, ਆ ਜਾ ਹੁਣ ਤੈਨੂੰ ਪਿੰਡ ਦੀ ਸੈਰ ਕਰਾਉਣਾ। ਇਹ ਸਾਡੇ ਪਿੰਡ ਦਾ ਨਾ ਦਰਵਾਜ਼ਾ, ਦਰਵਾਜ਼ਾ, ਹਾਂ ਦਰਵਾਜ਼ਾ ਹੁੰਦਾ ਇਹ। ਬਈ ਗੋਰਿਆ ਮੈਨੂੰ ਇਹ ਦੱਸ, ਲੱਗਦਾ ਤੁਹਾਡੇ ਤਾਂ ਉਧਰ ਕੁੜੀ ਛੇੜਨ ਦੀ ਲੋੜ ਨਹੀਂ ਪੈਂਦੀ ਹੈਗੀ, ਹੈ ਨਾ, ਪਰ ਸਾਡੇ ਇੱਧਰ ਬੜੀ ਮਿਹਨਤ ਕਰਨੀ ਪੈਂਦੀ ਆ ਬਈ। ਅੱਛਾ ਬਈ, ਹਾਂ ਸਾਡੇ ਨਾ ਸ਼ਹਿਰ ਦੀ ਤੇ ਪਿੰਡ ਦੀ ਜਨਾਨੀ 'ਚ ਫਰਕ ਬਹੁਤ ਹੈ। ਕਿਆ ਫਰਕ ਹੁੰਦਾ ਹੈ? ਜਿਹੜੀ ਪਿੰਡ ਵਾਲੀਆਂ ਜਨਾਨੀਆਂ ਨੇ ਜੇ ਇਹਨਾਂ ਨੂੰ ਛੇੜੋ, ਹਾਂ ਇਹ ਗਾਲਾਂ ਕੱਢਦੀਆਂ ਨੇ ਤੇ ਕੁੱਟ ਵੀ ਦਿੰਦੀਆਂ ਨੇਗੀਆਂ, ਤੇ ਉਸ ਤੋਂ ਬਾਅਦ ਫਿਰ ਆਪਦੇ ਭਾਈਆਂ ਤੋਂ ਵੀ ਕਟਵਾ ਦਿੰਦੀਆਂ ਨੇ। ਹਾਂ
ਸ਼ਹਿਰ ਕੀ? ਜਿਹੜੀ ਸ਼ਹਿਰ ਦੀ ਜਨਾਨੀਆਂ ਲੈ ਬਈ ਉਹ ਤਾਂ ਵਾਹ ਵਾਹ ਵਾਹ, ਗਾਲਾਂ ਤਾਂ ਉਹ ਵੀ ਦਿੰਦੀ ਹੈ, ਥੱਪੜ ਥੁੱਪੜ ਵੀ ਮਾਰਦੀ ਹੈ, ਉਹ ਆਪਦੇ ਆਸ਼ਕਾਂ ਤੋਂ ਕੁੜਵਾ ਦਿੰਦੀ ਹੈ, ਉਸਕੇ ਬਾਅਦ ਥਾਣੇ ਮੰਡਾ ਦਿੰਦੀ ਹੈ। ਤੁਹਾਡੀ ਤਾਂ ਕਿਸੇ ਨੇ ਪਿਟਾਈ ਨਹੀਂ ਕਰਵਾ ਦੀ। ਓਏ ਗੋਰਿਆ, ਕੀ ਬਕਵਾਸ ਮਾਰਦਾ ਹੈ, ਮੇਰੀ ਪਿਟਾਈ? ਵਾਹ, ਤੇਰੇ ਆਪਾਂ ਨੂੰ ਤਾਂ ਸਲਾਮਾਂ ਹੁੰਦੀਆਂ ਨੇ, ਪੂਰੀ ਚੜ੍ਹਾਈ ਹੈ ਪਿੰਡ 'ਚ, ਮਾਰਦਾ ਗੱਲਾਂ। ਹਮ ਕਭੀ ਪੰਜਾਬੀ ਕੁੜੀ ਪਠਾਨੀ ਮੰਗਤਾ ਹੈ। ਓਏ ਤੈਨੂੰ ਤਾਂ ਕੁੜੀਆਂ ਦੀਆਂ ਮੈਂ ਲੈਣਾ ਲਾ ਦੂੰ ਗੋਰਿਆ, ਕਿਸੇ ਦੀ ਗੱਲ ਕਰਦੇ ਯਾਰ। ਮੈਂ ਕਹਿੰਦਾ ਤੇਰੇ ਵਾਸਤੇ ਮੈਂ ਇਹੋ ਜਿਹੀ ਕੁੜੀਆਂ ਦਾ ਪ੍ਰਬੰਧ ਕਰੂੰਗਾ ਨਾ, ਵਿਆਹ ਕਰਾ ਕੇ ਉਧਰ ਲੈ ਜੀ, ਉਧਰੋਂ ਮੇਰੇ ਵਾਸਤੇ ਭੇਜਦੀ ਪੰਜ ਛੇ। ਓਕੇ, ਆਓ ਦੇਖ ਉਹ ਕੁੜੀਆਂ ਆ ਰਹੀਆਂ ਨੇਗੀਆਂ। ਓ ਵੈਰੀ ਬਿਊਟੀਫੁਲ, ਮੇਰੀ ਗੱਲ ਸੁਣ, ਤੈਨੂੰ ਮੈਂ ਕੁੜੀ ਛੇੜਨ ਦਾ ਤਰੀਕਾ ਦੱਸਦਾ। ਜਦੋਂ ਕੋਲੇ ਆ ਗਈਆਂ, ਸੀਟੀ ਮਾਰ ਕੇ ਕਹੀਂ, ਕੀ ਹਾਲ ਹੈ ਪੁਰਜਿਆ, ਕੀ ਹਾਲ ਹੈ ਪੁਰਜਿਆ, ਹਾਂ ਕੀ ਹਾਲ ਹੈ ਪੁਰਜਿਆ, ਫਿਰ ਉਸ ਤੋਂ ਬਾਅਦ ਬਸ ਤੇਰੀ ਗੱਲ ਬਣ ਗਈ, ਵਿਆਹ ਕਰਾ ਕੇ ਲੈ ਜੀ ਉਧਰ ਅਮਰੀਕਾ ਚ। ਨੀ ਬਾਗਰੂ, ਆਪਾਂ ਨੂੰ ਦੇਖ ਕੇ ਕੰਜਰਾਂ ਦੀ ਸੀਟੀ ਮਾਰੀ ਹੈ, ਦੇਖ ਲੈ ਕਿਵੇਂ ਆ ਪੁਰਜਿਓ। ਹਾਏ ਨੀ, ਮਰ ਜਾਣੇ ਨੇ ਪੁਰਜਾ ਕੇ ਹੈ। ਹਾਂ ਅੱਖ ਵਾਰੀ ਹੈ। ਯੈਸ, ਨੀ ਫੜ ਲੋ ਨੀ ਭੈਣ ਦੇ ਖਸਮ ਨੂੰ। ਯੂ ਆਰ ਵੈਰੀ ਸਮਾਰਟ, ਆਈ ਲਵ ਯੂ। ਓ ਮਾਈ ਗੋਡ, ਪਲੀਜ਼ ਮਾਈ ਸਿਸਟਰ, ਪਲੀਜ਼ ਸਿਸਟਰ ਡੋਨਟ ਬੀਟ ਮੀ, ਆਈ ਐਮ ਫਰਮ ਇੰਗਲੈਂਡ, ਡੋਨਟ ਬੀਟ ਮੀ ਸਿਸਟਰ, ਮਾਈ ਸਿਸਟਰ, ਨੋ ਨੋ ਨੋ, ਡੋਨਟ ਬੀਟਿੰਗ, ਨੋ ਬੀਟਿੰਗ, ਡੋਨਟ ਬੀਟਿੰਗ ਸਿਸਟਰ, ਮਾਈ ਸਿਸਟਰ। ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ, ਨਚਾਈ ਜਾ ਨਚਾਈ ਜਾ ਨਚਾਈ ਜਾ, ਤੇਰੇ ਹੱਥ ਮੇਰੀ ਡੋਰ, ਤੇਰਾ ਚੱਲਣਾ ਨੀ ਜ਼ੋਰ, ਐਵੇਂ ਧੁਣ ਕੇ ਤੇ ਤੁਣਕਾ ਲਗਾਈ ਜਾ, ਨਚਾਈ ਜਾ। ਹਾਏ ਨਾਨਾ, ਜਾ ਤੂੰ ਨੱਚਣਾ ਵੀ ਆਉਂਦਾ ਤੇ ਨਚਾਉਣਾ ਵੀ, ਫਿਰ ਸੱਜਣ ਨੂੰ ਕਿਉਂ ਕਹਿ ਰਿਹਾ? ਸੱਜਣ ਕੋਈ ਖਾਸ ਬੰਦਾ? ਫਿਟੇ ਮੂੰਹ ਜਾ ਦੇ, ਸੱਜਣ ਕੀ ਮੇਰਾ ਸਾਲਾ ਲੱਗਦਾ, ਇਹ ਤਾਂ ਮੈਂ ਉਹੀ ਗਾਣਾ ਗਾ ਰਿਹਾ ਸੀ। ਨਾਨਾ ਸ਼ੀਰੀ, 10 ਰੁਪਏ ਦੇ ਦੇ। 10 ਰੁਪਏ ਦੇ ਦੋ, ਮੇਰਾ ਕੀ ਬੈਂਕ ਖੋਲਿਆ ਹੋਇਆ, ਜਾ ਕੇ ਆਪਣੇ ਦਾਦੇ ਤੋਂ ਮੰਗ, ਨੰਗ ਤੋਂ ਦੇ ਦੇ। ਆੜੇ ਆੜੇ ਦੇ ਦੇ, ਮੈਨੂੰ ਪਤਾ ਤੇਰੇ ਸੋਹਣੇ ਚਿਹਰੇ ਵਿੱਚੋਂ ਮੈਨੂੰ ਨਾਨੀ ਦਿਸ ਰਹੀ ਹੈ। ਜਾ ਐਵੇਂ ਮਸਕਾ ਨਾ ਲਾ। ਦੇ ਦੇ, ਬਥੇਰੇ ਕਮਾਏ ਨੇ ਨੱਚ ਨੱਚ ਕੇ। ਨੱਚ ਨੱਚ ਕਮਾਏ ਨੇ, ਨੱਚਣਾ ਕੋਈ ਸੌਖਾ ਕੰਮ ਨਹੀਂ ਹੁੰਦਾ, ਨਾਲੇ ਐਰਾ ਗੈਰਾ ਤਾਂ ਉਈ ਨਹੀਂ ਨੱਚ ਸਕਦਾ। ਖਾਨਦਾਨੀ ਬੰਦੇ ਹੀ ਨੱਚਦੇ ਨੇ, ਤੂੰ ਤਾਂ ਬਥੇਰੀ ਦੁਨੀਆ ਲੁੱਟੀ ਹੈ। ਓਏ ਹੋਏ 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 ਹੋਏ, ਪੁੱਤ ਦੁਨੀਆ ਲੁੱਟੀ? ਜਦੋਂ ਮੈਂ ਨੱਚਦਾ ਸੀ ਤਾਂ ਲੋਕ ਦੂਰੋਂ ਦੂਰੋਂ ਬੱਸਾਂ, ਟਰੱਕਾਂ, ਕਾਰਾਂ, ਸਾਈਕਲਾਂ, ਕੜੁੱਕਿਆਂ ਤੇ ਚੜ ਚੜ ਕੇ ਵੇਖਣ ਆਉਂਦੇ ਸੀ। ਹਾਏ ਪੁੱਤ, ਜਦੋਂ ਮੈਂ ਐਂ ਕਰਕੇ ਨੋਟ ਫੜਦਾ ਸੀ ਤਾਂ ਲੋਕੀ ਤਾੜੀਆਂ ਦਾ ਗੜੜ 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 ਮੀਂਹ ਵਰਾ ਦਿੰਦੇ ਸੀ। ਇੱਕ ਵਾਰੀ ਜਦੋਂ ਮੈਂ ਜੀਰੇ ਕੋਲੇ ਮੀਆਂ ਸਿੰਘ ਵਾਲੇ ਪ੍ਰੋਗਰਾਮ ਕੀਤਾ ਤਾਂ ਤੇਰੇ ਨਾਨੇ ਦੇ ਹੁਸਨ ਕਰਕੇ ਉੱਥੇ ਪੁੱਤ ਇੰਨੀ ਲੜਾਈ ਹੋਈ, ਮੈਨੂੰ ਤਾਂ ਡਰ ਸੀ ਕਿਤੇ ਮੈਨੂੰ ਕੋਈ ਉਹੀ ਚੁੱਕੇ ਨਾ ਲੈ ਜੇ। ਨਾਨਾ ਤੂੰ ਤਾਂ ਬਹੁਤ ਸੋਹਣਾ ਸੀ ਨਾ। ਸੋਹਣਾ ਪੁੱਤ, ਆ ਫੜ ਇੱਕ ਵਾਰੀ, ਜਦੋਂ ਮੈਂ ਛਾਲ ਮਾਰ ਕੇ ਐਕਸ਼ਨ ਕਰਦਾ ਸੀ ਤਾਂ ਲੋਕ ਨੋਟਾਂ ਦਾ ਤਾਂ ਉਈ ਮੀਂਹ ਵਰਾ ਦਿੰਦੇ ਸੀ। ਫਿਰ ਤਾਂ ਕੁੜੀਆਂ ਦੇ ਵਿਆਹ ਵੀ ਤੇ ਨੱਚ ਨੱਚ ਕੇ ਕੀਤੇ ਨੇ। ਚੁੱਪ ਕਰ, ਨੱਚ ਨੱਚ ਕੇ ਕੀਤੇ ਨੇ, ਉਹ ਤਾਂ ਮੇਰਾ ਸਾਈਡ ਬਿਜ਼ਨਸ ਸੀ। ਊ ਆਪਣੇ ਪਿੰਡ ਬਥੇਰੇ ਮਰੱਬੇ ਨੇ ਜਿਹੜੇ ਵਰਤਮਾਨ ਚ ਹੁੰਦੇ ਨੇ। ਵਰਤਮਾਨ ਚ ਹੁੰਦੇ ਨੇ, ਜ਼ਮੀਨਾਂ ਦੇ ਮਰੱਬੇ ਨੇ। ਨਾਲੇ ਮੈਨੂੰ ਪਤਾ ਤੂੰ ਕਿੱਥੋਂ ਬੋਲਦਾ, ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਮੇਰਾ ਨਾਂ ਜੈਲਦਾਰ ਬਖਤਾਵਰ ਸਿੰਘ ਉਈ ਨਹੀਂ ਹੈ। ਜੇ ਅਸਲੀ ਜੈਲਦਾਰ ਆ ਤਾਂ 10 ਰੁਪਏ ਕੱਢ, ਫਿਰ ਵੀ ਮੈਂ ਤੇਰਾ ਦੋਤਾ। ਤੂੰ 300 ਵਾਰੀ ਕਹਿਤਾ ਹੈ ਨਹੀਂ। ਭੈਣ ਦਿੰਦੇ ਲੰਡੂ ਜੈਲਦਾਰ, ਨੰਗ ਇਹੋ ਜਿਹੇ ਸਾਰੇ ਤਾਂ ਮੈਂ ਉਈ ਨਾ ਰੱਖਾਂ, ਮੇਰਾ ਪਿਓ ਪਤਾ ਨਹੀਂ ਕਿਵੇਂ ਰੱਖੀ ਜਾਂਦਾ ਇਹਨਾਂ ਨੂੰ। ਚਪੇੜ ਮਾਰ ਕੇ ਮੈਂ ਤੇਰੇ ਦੰਦ ਬਾਹਰ ਕੱਢ ਦੂੰ, ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਆਹੋ ਤੂੰ ਸਿਰਫ ਨੱਚਣਾ ਹੀ ਜਾਣਦਾ, ਨਚਾਰ ਜਾ। ਤੇਰੇ ਦਾਦੀ ਨਚਾਰ, ਤੇਰੇ ਦਾਦਾ ਨਚਾਰ, ਤੇਰਾ ਪਿਓ ਨਚਾਰ, ਤੇਰਾ ਚਾਚਾ ਨਚਾਰ, ਓਏ ਤੇਰੀ ਮਾਂ ਨਚਾਰ, ਮਾਤਾ ਕਾ ਨਚਾਰ ਹੈ, ਪੁੱਤ ਮਿਰਤੀ ਹੈ, ਤੇਰਾ ਸਰ ਖਾਨਦਾਨ ਨਚਾਰ। ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਤੱਤੀ ਦਾ ਪੈਗ ਲਾਇਆ ਹੋਵੇ, ਓਏ ਮੱਦੀ ਵੀ ਆਇਆ ਹੋਵੇ, ਓਏ ਸਤਿਕਾਰਯੋਗ ਜੀਜਾ ਜੀ, ਇਹ ਕੰਮ ਤੁਸੀਂ ਮੈਥੋਂ ਕਰਾਇਆ ਕਰੋ ਨਾ, ਜੇ ਦਾਰੂ ਫੜੀ ਗਈ ਫੇਰ ਨਾ ਆਪਦੇ ਜੰਮੇ ਲੈ ਲੂ, ਨਾਲੇ ਜੀਜਿਆਂ ਦੀ ਖਾਤਰ ਸਾਲੇ ਮਰਦੀ ਆਏ। ਦਾਰੂ ਵੀ ਮੇਰੇ ਸਾਲੋ ਤੁਸੀਂ ਇਹ ਫੜਾਉਣੀ ਹੈ, ਸਮਝ ਗਿਆ ਨਾ, ਗਿੱਦੜਾ ਬਿਨਾਂ ਝਾੜਾਂ ਚਕਾਉਣ ਹੱਕਦਾ ਓਏ। ਨਾ ਜੀਜਾ ਜੀ, ਉਹ ਤੁਸੀਂ ਵੀ ਮੈਨੂੰ ਉਹਨਾਂ ਕੰਜਰਾ ਵਰਗਾ ਸਮਝ ਲਿਆ, ਉਹ ਮੇਰਾ ਪਿਓ ਜਿਹਨੇ ਆਪਦੇ ਸਕੇ ਭਾਈ ਨੂੰ ਨੀ ਬਖਸ਼ਿਆ, ਉਹ ਜੋਰਾ ਜਿਹੜਾ 2 ਰੁਪਈਆਂ ਪਿੱਛੇ ਬੇਈਮਾਨ ਹੋ ਜਾਂਦਾ। ਨਾਲੇ ਜੀਜਾ ਜੀ, ਜੇ ਇਹਨਾਂ ਦੇ ਖਾਨਦਾਨ ਚੋਂ ਕਿਸੇ ਚ ਗੈਰਤ ਹੈਗੀ ਆ ਤਾਂ ਉਹ ਮਹੀ ਆ, ਨਾਲੇ ਤੁਹਾਨੂੰ ਤਾਂ ਪਤਾ ਮੈਂ ਪਿਓਰ ਜੈਲਦਾਰ ਆ ਜਮਾ। ਓਏ ਜਾਣਦਾ ਤੈਨੂੰ ਜਾਣਦਾ ਸਾਲੇ ਨੰਗ ਨੂੰ, ਸਾਲਿਆ ਦਾਰੂ ਦੇ ਪੈਗ ਪਿੱਛੇ ਤਾਂ ਤੂੰ ਜੁੱਤੀ ਦੇ ਤਲੇ ਚੱਟਣ ਤੱਕ ਜਾਂਦਾ ਹੈ।
ਉਹ ਜੀਜਾ ਜੀ ਜੋ ਮਰਜ਼ੀ ਕਹਿ ਨਾਲੇ ਜੇ ਤੂੰ ਮੱਦੀ ਨੂੰ ਕਹੇ ਨਾ ਬਈ ਸਾਰਾ ਦਿਨ ਇੱਕ ਲੱਤੇ ਧੁੱਪੇ ਖੜਾ ਰਹੇ ਓਏ ਜੇ ਹਿੱਲ ਗਿਆ ਤਾਂ ਕਹਿਦੀ ਓਏ ਨਾਲੇ ਜੀਜਾ ਜੀ ਮੈਂ ਕਦੇ ਤੁਹਾਡੇ ਮੂਹਰੇ ਬੋਲਿਆ ਜਮੀਨੀ ਜਮੀਨੀ ਮੂਹਰੇ ਬੋਲਿਆ ਉਦੋਂ ਮੇਰਾ ਸਾਲਿਆ ਸੋਰੀ ਕਹਿਦੀ ਕਿੰਨੀ ਬੇਇੱਜ਼ਤੀ ਕਰੀ ਸੀ ਜੱਟ ਦੀ ਓ ਜੀਜਾ ਜੀ ਉਦੋਂ ਤਾਂ ਮੈਂ ਆਪਦੀ ਮਾਂ ਤੇ ਜੋਰੇ ਦੇ ਪਿੱਛੇ ਲੱਗ ਗਿਆ ਸੀ ਉਹ ਤੁਹਾਡੇ ਵਰਗੇ ਕੇ ਬੰਦੇ ਤੇ ਮੈਂ ਤੋਂ ਹੱਥ ਚੱਕਿਆ ਗਿਆ ਜੀ ਨਾਲੇ ਜੀਜਾ ਜੀ ਤੁਸੀਂ ਬੰਦੇ ਨੀ ਕਿਉਂ ਤੁਸੀਂ ਤਾਂ ਦੇਵਤੇ ਹੋ ਜੀ ਉਹ ਤਾਂ ਹੈਗੀ ਆ ਇਹਦੇ ਚ ਕਿਹੜਾ ਕੋਈ ਸ਼ੱਕ ਹੈ ਸਾਰੀ ਕਹਿੰਦੇ ਨੇ ਜੀਜਾ ਜੀ ਤੁਸੀਂ ਨਫ਼ਰਤ ਨਾ ਕਰੋ ਓਨਾ ਹੀ ਪਿਆਰ ਕਰੋਗੇ ਨਾਲੇ ਤੁਹਾਨੂੰ ਸਾਡੇ ਵਰਗੇ ਸਿਆਹ ਕਿਤੋਂ ਮਿਲਨੇ ਨੇ ਇੱਕ ਗੱਲ ਹੋਰ ਜੀਜਾ ਜੀ ਸਿੰਦਰ ਬਸੀ ਕਰ ਜੰਤਰ ਲੈ ਕੇ ਆਈ ਆ ਕਾਲ ਸ਼ਾਹ ਕਾਦਰੀ ਤੋਂ ਕਿਉਂ ਉਹ ਬਈ ਤੂੰ ਉਹਦੇ ਬਸ ਚ ਰਹੇ ਬਗਾਨੀਆਂ ਤੀਵਿਆਂ ਦੇ ਸੁਪਨੇ ਨਾ ਲਵੇ ਉਹ ਮੇਰੀ ਮਰਜ਼ੀ ਮੈਂ ਜਿਹਦੇ ਮਰਜ਼ੀ ਸੁਪਨੇ ਲਵਾਂ ਹੈ ਤੁਸੀਂ ਕੌਣ ਹੁੰਦੇ ਹੋ ਮੈਨੂੰ ਰੋਕਣ ਵਾਲੇ ਸਾਲਾ ਬੜਿਆ ਸੁਪਨਿਆਂ ਦਾ ਮੇਰੀ ਕਿਹ ਜਾਂਦੇ ਜੁੱਤਰ ਨੂੰ ਮੰਨਦਾ ਉਹ ਜੀਜਾ ਜੀ ਤੁਸੀਂ ਗੁੱਸਾ ਨਾ ਕਰੋ ਨਾ ਸ਼ਰਾਬ ਅੰਗਰੇਜ਼ ਵਾਸਤੇ ਕੱਢ ਰਹੇ ਹੋ ਤੈਂ ਟਿੰਡੀਆਂ ਲੈਣੀਆਂ ਨੇ ਓਏ ਜਿਹਦੇ ਵਾਸਤੇ ਮਰਜ਼ੀ ਕੱਢਾਂ ਉਹ ਜੀਜਾ ਜੀ ਮੈਂ ਸੁਣਿਆ ਤੁਸੀਂ ਅੰਗਰੇਜ਼ ਤੋਂ ਮੇਮ ਮੰਗਾ ਰਹੇ ਹੋ ਉਹ ਜੀਜਾ ਮੇਰੇ ਤੇ ਵੀ ਕਰਦੇ ਕਿਰਪਾ ਮੰਗਾ ਦੇ ਮੇਮ ਗੁੱਥੀ ਦੇਖੀਏ ਜਿਵੇਂ ਟਾਇਰ ਥੱਲੇ ਡੱਬਾ ਆਇਆ ਹੁੰਦਾ ਸਾਲਾ ਬਣਿਆ ਮੇਮ ਦਾ ਓਏ ਜੀਜਾ ਹੋਰ ਨੀ ਅੰਗਰੇਜ਼ ਤੋਂ ਸੋਹਣਾ ਬਣਦੀ ਦਵਾਈ ਉਹ ਬਣਵਾ ਦੇ ਮੈਨੂੰ ਓਏ ਤੂੰ ਤੁਰਦਾ ਬਣ ਚੁੱਪ ਕਰਕੇ ਵਗ ਜਾ ਨਹੀਂ ਮੇਰੇ ਸਾਲੇ ਨੂੰ ਅੱਗ ਲਾ ਕੇ ਨਾ ਟੋਏ ਚ ਦੱਬ ਦੂੰ ਆਹ ਚੱਕ ਬੋਤਲ ਜਿਹਦੇ ਵਾਸਤੇ ਤੂੰ ਆਇਆ ਜਾ ਤੂੰ ਕਮਰੇ ਤੋਂ ਓਏ ਜਿਉਂਦਾ ਰਹਿ ਜੀਜਾ ਧਰਮ ਨਾਲ ਨਾਲੇ ਜੀਜਾ ਇਹੋ ਜਿਹੇ ਸਾਗ ਨੀ ਤੈਨੂੰ ਲੱਭਣੇ ਓਏ ਅਸੀਂ ਤਾਂ ਤੇਰੇ ਹੀ ਖਾਣਾ ਤੇਰੇ ਹੀ ਪਾਉਣਾ ਓਏ ਤੇਰੇ ਹੀ ਹੰਡਾਉਣਾ ਓਏ ਜਿਉਂਦਾ ਰਹਿ ਜੀਜਾ ਧਰਮ ਨਾਲ ਜੁੱਤੀ ਵੀ ਜਮਾ ਫਿੱਟ ਆਉਂਦੀ ਆ ਮੇਰਾ ਸਾਲਾ ਇਹ ਪਰਿਵਾਰ ਨਾ ਮੇਰੇ ਸਹੁਰਿਆਂ ਦਾ ਗਿਰਗਟ ਵਾਂਗੂ ਰੰਗ ਬਦਲਦਾ ਗਿਰਗਟ ਵਾਂਗੂ ਇੱਕ ਦੋ ਤਿੰਨ ਚਾਰ ਪੰਜ ਸਾਨੂੰ ਕਰ ਤੋਂ ਨਾ ਪਜਾ
ਦਾ ਜੋ ਖਾਂਦੇ ਹੋਣ ਚੈਲਦਾਰ ਅਖਵਾਂਦੇ ਹੋਣ ਇਹਨਾਂ ਦਾ ਤੂੰ ਮੁਸ਼ਕ ਮਟਾਈ ਮੇਰੇ ਮਾਲਕਾ ਇਹੋ ਜਿਹੇ ਸਾਕ ਨਾ ਬਣਾਈ ਮੇਰੇ ਮਾਲਕਾ ਇਹੋ ਜਿਹੇ ਸਾਕ ਨਾ ਬਣਾਈ ਮੇਰੇ ਮਾਲਕਾ ਇਹੋ ਜਿਹੇ ਵੇ ਮੇਰੇ ਨੱਚਦੀ ਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਨੀ ਮੇਰੇ ਨੱਚਦੀ ਦੇ ਹਾਈ ਨੀ ਨੱਚਦੀ ਦੇ ਮੈਂ ਕਿਹਾ ਨੱਚਦੀ ਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਵੇ ਅੰਗਰੇਜ਼ਾ ਕਦੇ ਦੋ ਪਲ ਮੇਰੇ ਕੋਲ ਵੀ ਬਹਿ ਜਾ ਕਰਵੇ ਮੈਂ ਤਾਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ ਯੇ ਲੇਡੀਜ਼ ਕੌਣ ਹੈ ਮੇਰਾ ਸੌਰਾ ਹੈ ਸੌਰਾ ਕਿਆ ਹੋਤਾ ਹੈ ਸੌਰਾ ਹੋਤਾ ਹੈ ਜੋ ਆਪਣੀ ਕੁੜੀ ਦਾ ਸਾਕ ਕੁੜੀ ਨੂੰ ਕਿਸੇ ਦੇ ਘਰ ਵਿਆਹੁੰਦਾ ਹੈ ਫਿਰ ਉਹੀ ਸੌਰਾ ਉਸ ਕੁੜੀ ਦੇ ਘਰ ਜਾ ਕੇ ਰੋਟੀਆਂ ਪਾੜਤਾ ਹੈ ਉਸਕੋ ਸੌਰਾ ਬੋਲਤਾ ਹੈ ਯੇ ਲੇਡੀਜ਼ ਕੀ ਤਰ੍ਹਾਂ ਐਸਾ ਐਸੇ ਕਿਉਂ ਕਰਤਾ ਹੈ ਭੈਣ ਦਿਲ ਦਾ ਹੈ ਨਾਚਾ ਹੈ ਨਾਚਾ ਨਚਾਰ ਯੇ ਲੇਡੀਜ਼ ਕੱਪੜੇ ਪਹਿਨ ਕੇ ਅਖਾੜੋਂ ਮੇ ਠੁਮਕੇ ਲਗਾਤਾ ਹੈ ਐਸੇ 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 ਹਾਂ ਮਿਸਟਰ ਡਾਂਸਰ ਇਹਨੂੰ ਐਸੀ ਦਵਾਈ ਪਿਆ ਇਹ ਕੁੜੀ ਬਣ ਜੇ ਹਾਏ ਵੇ ਅੰਗਰੇਜ਼ਾ ਤਾਂ ਪੁੰਨ ਲੈ ਲਵੇ ਜੇ ਮੈਂ ਤਾਂ ਕੁੜੀ ਬਣ ਗਈ ਮੈਂ ਤਾਂ ਨੱਚ ਨੱਚ ਕੇ ਦੁਨੀਆ ਲੁੱਟ ਲੂ ਨੱਚ ਨੱਚ ਕੇ ਓਏ ਮੇਰੀ ਗੱਲ ਸੁਣੋ ਓਏ ਰੱਬ ਦੇ ਵਾਸਤੇ ਹੱਥ ਬਣਾ ਲੈ ਨਾ ਗੰਦ ਪਾ ਮੇਰੇ ਘਰ ਚ ਬਾਹਰ ਜਾਣਾ ਗੰਦ ਪਾਉਣਾ ਲੋਕਾਂ ਨੂੰ ਠੁਮਕੇ ਮਾਰ ਮਾਰ ਕੇ ਦਿਖਾਉਣਾ ਓਏ ਮੇਰੇ ਘਰੋਂ ਦਫਾ ਹੋ ਜਾ ਤੁਸੀਂ ਵੇ ਜਵਾਈਆ ਮੈਂ ਤਾਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ ਸਾਡੀ ਧੀ ਦਾ ਘਰ ਜਦੋਂ ਜੀ ਕਰੂਗਾ ਉਦੋਂ ਹੀ ਜਾਵਾਂਗੇ ਉਦੋਂ ਹੀ ਜਾਵਾਂਗੇ ਉਦੋਂ ਹੀ ਜਾਵਾਂਗੇ ਹਾਏ ਤੂੰ ਵੱਢਣਾ ਵੀ ਜਾਣਦਾ ਭੌਂਕਣਾ ਵੀ ਉਹ ਗੱਲ ਸੁਣਾ ਰੋਡੂ ਅਸੀਂ ਜੈਲਦਾਰ ਹੁੰਦੇ ਆ ਆਖਰ ਸਾਡੀ ਕੋਈ ਇੱਜ਼ਤ ਹੈ ਯੇ ਕੌਣ ਹੈ ਸਾਡਾ ਮਾਮਾ ਬੇਲਾ ਅਵਾਰਾ ਨਕਮਾ ਬੀਜੀ ਹਾਂ ਯੇ ਮਾਮਾ ਕਿਆ ਹੋਤਾ ਹੈ ਮਾਮਾ ਹੋਤਾ ਹੈ ਜਬ ਆਪਣੀ ਭੈਣ ਕਿਸੇ ਦੇ ਘਰ ਵਿਆਹੁੰਦਾ ਹੈ ਜੋ ਉਸਕੀ ਭੈਣ ਕਾ ਖਸਮ ਹੋਤਾ ਹੈ ਨਾ ਵੋ ਭਲੋਈਆ ਲਗਤਾ ਹੈ ਫਿਰ ਉਸਕੇ ਘਰ ਤੋਂ ਐਸੇ ਬੱਚੇ ਹੋਤੇ ਹੈ ਵਹੀ ਸਾਲਾ ਫਿਰ ਮਾਮਾ ਬਣ ਜਾਤਾ ਹੈ ਇਹਨਾਂ ਨੇ ਇੱਥੇ ਪੱਕੇ ਡੇਰੇ ਲਾਏ ਹੋਏ ਨੇ ਇਹ ਬਾਲਾ ਘੈਂਟ ਹੈ ਇਹ ਮੈਂ ਇਸ ਦਾ ਗੋਹਾ ਸੁਣ ਕੇ ਬਤਾ ਦਿੱਤਾ ਹੈ ਕਿ ਮੈਂ ਇਸ ਕਿਹੜੇ ਸੂਏ ਹੈ ਦੇਖੋ ਜੀ ਹਮਾਰਾ ਜੀਵਨ ਤੋਂ ਭੈਣ ਔਰ ਭਣੋਈਏ ਕੇ ਲਈ ਸਮਰਪਿਤ ਹੈ ਕਿਉਂਕਿ ਹਮਾਰੀ ਵੀ ਕੋਈ ਇੱਜ਼ਤ ਹੋਤੀ ਹੈ ਇਹ ਦੋਏ ਮਾਮੇ ਨਾਨੇ ਕੁੱਤੇ ਨੇ ਹਾਂ ਕੁੱਤੇ ਕੁੱਤੇ ਓਏ ਕੁੱਤੇ ਕਿਵੇਂ ਅਸੀਂ ਜੈਲਦਾਰ ਹੁੰਦੇ ਆ ਤੂੰ ਜੈਲਦਾਰ ਨੂੰ ਕੁੱਤੇ ਕਿਹਾ ਅਕਸਰ ਸਾਡੀ ਵੀ ਇੱਜ਼ਤ ਹੈ ਦੇਖ ਮਾਮਾ ਭੈਣ ਘਰੇ ਭਾਈ ਕੁੱਤਾ ਸਾਡੇ ਘਰੇ ਮਾਮਾ ਕੁੱਤਾ ਓਏ ਕੁੱਤੇ ਦੇਖ ਅੰਗਰੇਜ਼ ਸਾਹਿਬ ਇਸ ਦੁਨੀਆ ਵਿੱਚ ਸਭ ਤੋਂ ਵੱਧ ਇਹ ਲੰਡੂ ਬੰਦੇ ਨੇ ਲੰਡੂ ਲੰਡੂ ਲੜੂ ਹੁੰਦਾ ਜਿਸਕੇ ਪੂਛ ਨਹੀਂ ਹੁੰਦਾ ਓਕੇ ਓਕੇ ਹਮਕੋ ਪੜਨਾ ਹੈ ਹਮ ਉੱਪਰ ਜਾਤਾ ਹੈ ਹਾਏ ਵੇ ਤੂੰ ਉੱਪਰ ਚੱਲਿਆ ਚੱਲ ਮੈਂ ਤਾਂ ਫਿਰ ਵਿਹਲੀ ਹਾਂ ਮੈਂ ਹੁਣ ਦੋ ਚਾਰ ਠੁਮਕੇ ਲਾਉਣੇ ਮੈਂ ਇੱਦਾਂ ਕਰਦੀ ਪੀਲ ਵਾਲਾ ਲੈ ਮੈਂ ਤਾਂ ਕੁਲਵੰਤ ਸਿੰਘ ਦੇ ਘਰ ਚੱਲੀ ਹਾਂ ਮੈਂ ਜਰਾ ਠੁਮਕੇ ਲਾ ਕੇ ਆਉਂਦੀ ਹਾਂ ਹਾਏ ਤੇਰੇ ਰਖੜੇ ਦੀ ਹਾਏ ਤੇਰੇ ਰਖੜੇ ਦੀ ਹਾਏ ਨਾ ਮਾ ਗੱਲ ਨਾ ਵੇ ਘਰੇ ਨੂੰ ਮੇਰੇ ਸਾਰੇ ਨੂੰ ਓਏ ਲੈ ਜੁੜਿਆ ਅੰਗਰੇਜ਼ ਤਾਂ ਬੈਠਾ
ਬਣ ਜੇ ਪੋਸਗਣ ਮੇਰਾ ਵੇ ਮੈਂ ਜਾਣਾ ਹੈ ਵਲੈਤ ਨੂੰ ਬਣ ਜੇ ਪੋਸਗਣ ਮੇਰਾ ਵੇ ਜਾਣਾ ਹੈ ਓਹ ਸ਼ਿਟ ਮੈਨ ਸਾਡੀ ਕੋਈ ਇੱਜ਼ਤ ਹੈ ਯਾਰ ਇੱਜ਼ਤ ਕਿਆ ਹੋਤਾ ਹੈ ਓਏ ਦਾਦਾ ਸਾਨੂੰ ਨਹੀਂ ਪਤਾ ਤੈਨੂੰ ਕਿੱਥੋਂ ਪਤਾ ਹੋਊਗਾ ਗੱਲ ਸੁਣ ਰੀ ਸਿੰਘ ਯਾਰ ਦਵਾਈ ਦੇ ਕੇ ਮੈਨੂੰ 18 ਸਾਲ ਦਾ ਬਣਾ ਦੇ ਕੋਈ ਮੇਂ ਮੂੰਹ ਟਕਾ ਦੇ ਬੜੇ ਕੱਬੀ ਖਾਣ ਖਾਣੇ ਅਸੀਂ ਚੱਲਦਾ ਹੁੰਦੇ ਹਾਂ ਖਾਨਦਾਨ ਸਾਡਾ ਬਹੁਤ ਉੱਚਾ ਹੈ ਸਾਡੀ ਵੀ ਕੋਈ ਇੱਜ਼ਤ ਹੈ ਓਕੇ ਸਾਡੀ ਕੰਨਾ ਮੰਗਤਾ ਹੈ ਹਾਂ ਐਡੀ ਮੋਟੀ ਛਾਪ ਪਾਉਂਗਾ ਵਿਚੋਲਾ ਬਣ ਜਾ ਵਿਚੋਲਾ ਇਹ ਵਿਚੋਲਾ ਕਿਆ ਹੋਤਾ ਹੈ ਹੁਣ ਕੰਜਰ ਦੇ ਪੁੱਤ ਨੂੰ ਐਂ ਨਹੀਂ ਪਤਾ ਇਹ ਵਿਚੋਲਾ ਕੀ ਹੁੰਦਾ ਕਿਵੇਂ ਸਮਝਾਵਾਂ ਐਂ ਜੋ ਰਿਸ਼ਤਾ ਕਰਵਾਤਾ ਹੈ ਉਹ ਵਿਚੋਲਾ ਹੁੰਦਾ ਹੈ ਉਹ ਗੱਲ ਸੁਣ ਮੈਨੂੰ ਮੁੰਡਾ ਬਣ ਦੀ ਦਵਾਈ ਦਵਾ ਦੇ ਓਕੇ ਮੈਂ ਤੁਹਾਡਾ ਦਵਾਈ ਬਣਾਏਗਾ ਇਕਦਮ ਜੰਗ ਲੱਗੋਗੇ ਉਹ ਜੰਗ ਨਹੀਂ ਯਾਰ ਮੈਂ ਜੋਰਾਂ ਲਗਾ ਜਾਈਦਾ ਆਏ ਨੀ ਮੇਮੇ ਸਾਡੀ ਵੀ ਇੱਜ਼ਤ ਹੈ ਓਏ ਬੁੜੇ ਨੂੰ ਚੜੀ ਜਵਾਨੀ ਲਾ ਕੇ ਕੁੱਟ ਬਣ ਕੇ ਆ ਜਾਨੀ ਆ ਗਿਆ ਨਜ਼ਾਰਾ ਭੁੱਲੇ ਭੁੱਲੇ ਆਈ ਓਏ ਕੌਣ ਹੈ ਤੂੰ ਇੱਥੇ ਹੀ ਕਰਦਾ ਤੂੰ ਮੈਂ ਤੁਹਾਡਾ ਬਾਪੂ ਹੋਰ ਕੌਣ ਪਿਓ ਪਿਓ ਕਿਤੇ ਅੰਗਰੇਜ਼ ਦੀ ਦਵਾਈ ਓ ਤੇਰਾ ਬੇੜਾ ਬਹਿ ਜੇ ਓਏ ਅੰਗਰੇਜ਼ਾ ਓਏ ਅਸੀਂ ਪੱਟੇ ਗਏ ਓਏ ਲੋਕ ਦੇਖੋ ਮੈਂ ਤੁਹਾਡਾ ਛੋਟਾ ਭਾਈ ਲੱਗਦਾ ਨਾ ਓਏ ਛੋਟਾ ਭਾਈ ਨਹੀਂ ਦੁਸ਼ਮਣ ਕਹਿ ਦੁਸ਼ਮਣ ਮੇਰੀ ਅੱਖਾਂ ਤੋਂ ਪਰੇ ਹੋ ਜਾ ਨਹੀਂ ਵੱਢ ਕੇ ਸਿਰ ਨਾ ਤੇਰਾ ਉੱਥੇ ਡੰਗ ਦੂ ਨਾ ਮੇਰਿਆ ਸਾਲਿਆ ਜਵਾਨ ਰਹਿਣ ਨੂੰ ਕਿਹਦਾ ਨਹੀਂ ਦਿਲ ਕਰਦਾ ਓਏ ਓਏ ਜਵਾਨ ਦਿਆ ਲੱਗਦਿਆ ਹਾਲੇ ਤਾਂ ਮੈਂ ਕੁਵਾਰਾਂ ਮੈਨੂੰ ਲੱਗਦਾ ਮੈਂ ਤਾਂ ਚੜੇ ਹੀ ਮਰੂੰਗਾ ਮੇਰੇ ਤਾਂ ਅਰਮਾਨਾਂ ਤੇ ਪਾਣੀ ਫਿਰ ਗਿਆ ਪਰ ਮੇਰੀ ਗੱਲ ਸੁਣ ਲੈ ਬਾਪੂ ਹੁਣ ਮੈਂ ਵੀ ਤੈਨੂੰ ਕੁਛ ਕਰਕੇ ਦਿਖਾਉਂਗਾ ਭੋਲੇ ਤੂੰ ਕਿੱਥੇ ਚੱਲਿਆ ਭੋਲੇ ਟੱਟੇ ਖੂਹ ਚ ਇਹਨੂੰ ਵੀ ਨਾਲ ਲੈ ਜਾ ਬਾਪੂ ਉਹ ਮਰ ਜੂਗਾ ਬਹੁਤ ਅਣਖੀ ਹੈ ਬਾਪੂ ਟ੍ਰਾਂਸਫਰ ਨੂੰ ਹੱਥ ਲਾ ਲੂ ਬਾਪੂ ਗੱਡੀ ਥੱਲੇ ਆ ਜੂ ਮੰਨ ਲੈ ਮੇਰੀ ਉਹਨੂੰ ਰੋਕ ਲਾ ਉਹ ਅਣਖੀ ਕੁਛ ਨਹੀਂ ਕਰਦਾ ਡਰਾਉਂਦਾ ਮੇਰਾ ਸਾਲਾ ਖੇਤ ਕਿਹੜਾ ਦੇ ਕੇ ਮੁੜੇ ਆਊ ਉਹ ਮੇਰਾ ਸਰ ਕੜਿਆ ਆ ਕੀ ਭਸੂੜੀ ਪਾਤੀ ਤੈ ਇਹ ਭਸੂੜੀ ਕਿਆ ਹੋਤਾ ਹੈ ਭਸੂੜੀ ਹੋਤਾ ਹੈ ਜਦੋਂ ਤੇਰੀ ਮਾਂ ਕਿਸੇ ਨਾਲ ਨਿਕਲ ਜੇ ਨਾ ਤਾਂ ਪਿੰਡ ਚ ਪੈ ਜੇ ਰੌਲਾ ਤਾਂ ਉਸ ਕੋ ਭਸੂੜੀ ਬੋਲਤਾ ਭਸੂੜੀ ਭਸੂੜੀ ਤਾਂ ਹੁਣ ਮੈਂ ਪਾਉਂਗਾ ਓ ਬਾਪੂ ਬਾਪੂ ਓ ਬਾਪੂ ਓ ਮੇਰੀ ਗੱਲ ਸੁਣੋ ਆ ਕੀ ਚੰਦ ਚਾੜਤਾ ਓਏ ਹੁਣ ਕੀ ਬਣੂ ਓ ਇਹ ਤਾਂ ਅਭੀ ਮੈਂ ਟੈਸਟ ਕੀਆ ਹੈ ਅਭੀ 10 ਮਿੰਟ ਬਾਅਦ ਉਸ ਕਾ ਅਸਰ ਉਠਾ ਜਾਏਗਾ ਜਾਨ ਕੇ ਠੀਕ ਹੋ ਜੂਗਾ ਯੇ ਸ਼ੁਕਰ ਹੈ ਤੂੰ ਸਾਡੇ ਘਰ ਨੂੰ ਪੱਟੇਗਾ ਤੂੰ ਖਰਾਬ ਕਰੇਗਾ ਤੂੰ ਥੈਂਕ ਯੂ ਸਾਲਾ ਥੈਂਕੜੂ ਦਾ ਮੁੱਖ ਮੋੜ ਗਏ ਦਿਲਾਂ ਦੇ ਜਾਨੀ ਸਾਡੀ ਮਿੱਟੀ ਵਿੱਚ ਰੋਲ ਕੇ ਜਵਾਨੀ ਵੇ ਰੱਬਾ ਹੁਣ ਕੀ ਕਰੀਏ ਹਾਏ ਵੇ ਰੱਬਾ ਹੁਣ ਕੀ ਕਰੀਏ ਥੂ ਸ਼ਕਤੇ ਪਿਆਰੀਆਂ ਨੇ ਨਾਨਾ ਜੀ ਕਦੋਂ ਆਣਾ ਓਏ ਜਾਂਦੇ ਰਹਾਂਗੇ ਤੇਰੇ ਸੂਲ ਹੁੰਦਾ ਸਾਡੀ ਭੈਣ ਦਾ ਘਰ ਹੈ ਨਾਲੇ ਸਾਡੀ ਇੱਜ਼ਤ ਹੈ ਅਸੀਂ ਤਾਂ ਵੈਸੀ ਗੱਲ ਕੀਤੀ ਸੀ ਰਿਵਾਜਣ ਨਾਲੇ ਵੱਡੇ ਬੰਦੇ ਹੋ ਕੀ ਪਤਾ ਕਿੱਧਰਲਾ ਤੂੰ ਨਿਕਲ ਆਵੇ ਇਹ ਨਹੀਂ ਜਾਂਦੇ ਆਪਾਂ ਨੂੰ ਘਰ ਨੂੰ ਅੱਗ ਲਾਉਣੀ ਪਊਗੀ ਫੇਰ ਹੀ ਉੱਜਣਗੇ ਓ ਜਦ ਤੱਕ ਸਾਡੇ ਜੈਲਦਾਰਾਂ ਦੇ ਦਮ ਚ ਦਮ ਆ ਸਾਡੀ ਭੈਣ ਦੇ ਘਰ ਨੂੰ ਕੋਈ ਅੱਗ ਲਾ ਦੂ ਓ ਕਿਉਂ ਤੁਸੀਂ ਭੈਣ ਨੂੰ ਰੰਡੀ ਕਰਾਉਣਾ ਜਰ ਫਿੱਟੇ ਮੂੰਹ ਤੁਹਾਡੇ ਲਾਂਤਾ ਤੁਹਾਡੇ ਤੇ ਨਾਲੇ ਤੁਹਾਡੇ ਬਣਾਏ ਘਰ ਨੂੰ ਅੱਗ ਕੌਣ ਲਾ ਸਕਦਾ ਓਏ ਜ਼ੁਬਾਨ ਸੰਭਾਲ ਕੇ ਗੱਲ ਕਰ ਓਏ ਅਸੀਂ ਜੈਲਦਾਰ ਹੁੰਨੇ ਆ ਜੈਲਦਾਰ ਇਹ ਸਾਰਾ ਇਲਾਕਾ ਜਾਣਦਾ ਕਿ ਅਸੀਂ ਨੱਚਣਾ ਵੀ ਜਾਣਦੇ ਆ ਤੇ ਨਚਾਉਣਾ ਵੀ ਜਾਣਦੇ ਆ ਜਦੋਂ ਤੂੰ ਬਸਰਮ ਕਰ ਥੋੜਾ ਮੋਟਾ ਇਹਨਾਂ ਨੂੰ ਇੱਕ ਵਾਰ ਆਪਣੇ ਨਾਨਕਿਆਂ ਨੇ ਤੋਤਾ ਰੱਖ ਲਿਆ ਇਹਨਾਂ ਦੇ ਘਰ ਆ ਗਏ ਮਹਿਮਾਨ ਨੰਬਰ ਬਣਾਉਣ ਦੇ ਮਾਰੇ ਤੋਤੇ ਨੂੰ ਕਹਿੰਦੇ ਚੂਰੀ ਖਾਣੀ ਆ ਫਿਰ ਤੋਤਾ ਕੀ ਕਹਿੰਦਾ ਕੰਜਰ ਦੇ ਪੁੱਤੋ ਕੋ ਦੇ ਆਪ ਖਾਦੀ ਆ ਓਏ ਦਾਦੇ ਮਗਾਉਣਿਆ ਅਸੀਂ ਅੰਗਰੇਜ਼ ਨਾਲ ਬਾਹਰ ਚਲੇ ਜਾਣਾ ਤੇ ਤੁਸੀਂ ਸਾਨੂੰ ਥੱਲਿਓ ਟਾ 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 ਕਰਦੇ ਫਿਰੋਗੇ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਤੁਸੀਂ ਤਾਂ ਅੰਦਰ ਹੀ ਰਹਿੰਦੇ ਹੋ ਓਏ ਓਏ ਚੁੱਪ ਕਰ ਚੁੱਪ ਕਰ ਮੇਰਾ ਨਾਮ ਬਖਤੂ ਹੈ ਬਖਤੂ ਤੇ ਮੈਂ ਵੱਡਿਆਂ ਵੱਡਿਆਂ ਨੂੰ ਵਕਤ ਚ ਪਾ ਦੇਣਾ ਕਿਉਂਕਿ ਸਾਰੇ ਜਾਣਦੇ ਆ ਬਈ ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ ਓਏ ਅਸੀਂ ਕੋਈ ਲੰਡੂ ਪੰਜੂ ਨਹੀਂ ਅਸੀਂ ਜੈਲਦਾਰ ਹੁੰਨੇ ਆ ਨਾਲੇ ਸਾਡੀ ਕੋਈ ਇੱਜ਼ਤ ਹੈ ਜਾਣਦਾ ਮੈਂ ਜਾਣਦਾ ਜਿਨੇ ਮਰੇ ਹੋਏ ਕੁੱਤੇ ਵਾਂਗੂ ਪੈਰ ਸੀੜ ਸੀੜ ਤੁਰਦੇ ਨੇ ਰਾਤ ਨੂੰ ਟਾਈਮਾਂ ਦਾ ਗਾਡਰ ਚੁੱਕ ਕੇ ਵੇਚ ਦਿੰਦੇ ਨੇ ਓਏ ਮੈਂ ਤੇਰਾ ਬਥਾੜਾ ਭੰਨ ਦੂੰ ਨੀ ਪੈਣੇ ਸਿੰਦਰੇ
ओ मैनू गुस्सा आ रहा, मैं दा कतल कर दू। ओए नी शिंदरे आ जा नी, तेरे धर्मी बाबल दा तेरे लाडले सानू चेहडा कर दे नी कटो कट। इस कर तू ता जानदी है बई मैं नचना भी जानदा ते नचाउणा भी जानदा। नहीं मम्मी अज ता मजाक कर देती। मजाक कर दे सी, मजाक करनू मैं थोड़ी साली लगदा। ओहो क्यों बापू जवाकां दे नाल जवाक बनदा। नाले बापू जी जरा सोई चार भांडे पेने मांजण वाले जायो ता। ते तुसी मेरे सूरमे भाईओ, ਇੱਥੋਂ ਗੋਹਾ ਚੱਕ ਕੇ ਪਥਵਾੜੇ ਸੁੱਟ ਕੇ ਆਓ। ਮੈਂ ਸੁੱਚੇ ਕੇ ਘਰੇ ਭੋਗ ਤੇ ਜਾ ਕੇ ਆਉਣੀ ਹੈ। ਚੰਗਾ ਪੁੱਤ ਤੁਸੀਂ ਜਾ ਕੇ ਖੇਲੋ, ਜਾਓ। ਲਓ ਬਈ ਤੁਹਾਡੀਆਂ ਤਾਂ ਲੱਗ ਗਈਆਂ ਡਿਊਟੀਆਂ। ਇਹੋ ਜਿਹੀਆਂ ਗੁਰਤੁੱਤਾਂ ਦੇ ਮਾਲਕੋ ਮੈਂ ਪਹਿਲੇ ਨਾਨਕੇ ਦੇਖੇ ਨੇ ਜਿਹੜੀ ਆਪਣੀ ਧੀ ਦਾ ਖਾਂਦੇ ਨੇ। ਚੱਲੀ ਯਾਰ ਇਹ ਜੋ ਫਾਰਮੂਲਾ ਹੈ ਯੇ ਕਿਸੀ ਕੋ ਬਤਾਨਾ ਮਤ। ये जो तुम किसी को भी देगा वो एकदम से आपसे छोटा हो जाएगा। ओके हाँ, मेनू लाडी दंग कर दा। रोडू है, ओ रोडू, ओ रोडू तेरा बाबा किथे है? सानू की पूंछ बड़ी है, साडी की जेट पाया, सानू की सुपने आउंदे ने। ओए ओए मेरा बापू ते जोरा, ओ भी अंदर शर्म लाल बड़े बैठे ने। तेरे प्यो नु भी शर्म आउंदी आ, की गल हो गई? ओए तेरा प्यो जानी के साडा सड़िया होया सजरा प्राउणा, ओ भरे पिंड च दरवाजे मूरे साडा जुलूस कढ रहा। मैं तां आप लक्की की मोटर ते चले आ। ये जलूस क्या होता है? चल आया, तेन एक ना। ओके चलो। बिचो बिच चूरी जावा के मैं कूड़ा ए हटावा, बिचो बिच चूरी जावा के मैं कूड़ा ए हटावा, घरों कट कट इन्हां नू मैं थकिया। मैनू लंडू जे सोहरिया ने पटिया, मैनू लंडू जे सोहरिया ने पटिया, घरों कट कट इन्हां नू मैं थकिया। लंडू जे सोहरिया ने पटिया, मैनू लंडू जे सोहरिया ने पटिया। थोड़ा डांस हो जाए। डंगरा तो टप चले दसा की मैं खोल के, कर देने तंग गंदे मंदे बोल बोल के। डंगरा तो टप चले दसा की मैं खोल के, कर देने तंग गंदे मंदे बोल बोल के। नी मैं खोल के पलावा कले कले नू मैं टावा, सौरा साले नालो मत हथो टप्पिया। मैनू लंडू जे सोहरिया ने पटिया, मैनू लंडू जे सोहरिया ने पटिया, घरों कट कट इन्हां नू मैं थकिया। लंडू जे सोहरिया ने पटिया, मैनू लंडू जे सोहरिया ने पटिया। थोड़ा इमोशनल। सौरा मेरा सौ लुच्चिया दा लुच्चा जी, अनपढ़ साला सौ भुखिया दा भुखा जी। सौरा मेरा सौ लुच्चिया दा लुच्चा जी, अनपढ़ साला सौ भुखिया दा भुखा जी। दाड़ी करता है काली पग बने रंग बाली, रग रग बिच धोखा है दे रचिया। मैनू लंडू जे सोहरिया ने पटिया, मैनू लंडू जे सोहरिया ने पटिया, घरों कट कट इन्हां नू मैं थकिया। लंडू जे सोहरिया ने पटिया, मैनू लंडू जे सोहरिया ने पटिया। एहो जे सोहरे ना बनाई तू जहान ते, जमाई दे पैसियां ते मौजां जेड़े मान दे। एहो जे सोहरे ना बनाई तू जहान ते, जमाई दे पैसियां ते मौजां जेड़े मान दे। घरों सारा कुछ लै गए अगो बढ़ने नू पै गए, सारा खल खूंजा कुत्ते वांगू चटिया। मैनू लंडू जे सोहरिया ने पटिया, मैनू लंडू जे सोहरिया ने पटिया, घरों कट कट इन्हां नू मैं थकिया। लंडू जे सोहरिया ने पटिया,
ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ ਗੱਲ ਗੱਲ ਉੱਤੇ ਝੂਠਾ ਨੇਮ ਦਿੰਦੇ ਚੱਕ ਨੇ ਦੂਜੇ ਦੀ ਕਮਾਈ ਉੱਤੇ ਰੱਖਦੇ ਇਹ ਅੱਖ ਨੇ ਗੱਲ ਗੱਲ ਉੱਤੇ ਝੂਠਾ ਨੇਮ ਦਿੰਦੇ ਚੱਕ ਨੇ ਦੂਜੇ ਦੀ ਕਮਾਈ ਉੱਤੇ ਰੱਖਦੇ ਅੱਖ ਨੇ ਹੋਵੇਂ ਜਾਵੇ ਜਿਵੇਂ ਆਇਆ ਧਨ ਧੋਖੇ ਦਾ ਕਮਾਇਆ ਲੈ ਲੈ ਕੇ ਸਵਾਦ ਜਿਹੜਾ ਛਕਿਆ ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ ਲੰਡੂ ਜੇ ਸਹੁਰਿਆਂ ਨੇ ਪੱਟਿਆ ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ ਆਪਣਾ ਖਿਆਲ ਹੈ ਜਮੀਨ ਤੋਂ ਪਿਛਲੇ ਸਾਲ ਆਪਾਂ ਸ਼ੀਗਲੇ ਜਮੀਨ ਲਈ ਤੇ ਆਹ ਬਾਰਾਂ ਗਿਲਿਆਂ ਦਾ ਟੱਕਰ ਸ਼ੀਗਲੇ ਨਾਲ ਤੁਹਾਡੀ ਹੈ ਨੀ ਪੱਲੇ ਕਹਿਣ ਮਾਲਕ ਜ਼ਗੀਰਾਂ ਦੇ ਢੱਕਦੇ ਨੇ ਨੰਗੇ ਮਰੀਦ ਸਾਲੇ ਲੀਰਾਂ ਦੇ ਤੁਹਾਡੀ ਹੈ ਨੀ ਪੱਲੇ ਕਹਿਣ ਮਾਲਕ ਜ਼ਗੀਰਾਂ ਦੇ ਢੱਕਦੇ ਨੇ ਨੰਗੇ ਮਰੀਦ ਸਾਲੇ ਲੀਰਾਂ ਦੇ ਘਰੇ ਪੈ ਗਿਆ ਏ ਕਾਲੇ ਇੰਜ ਸਾਲਿਆਂ ਦਾ ਹਾਲ ਜਿਵੇਂ ਕੁੱਤਾ ਹੋਵੇ ਝਾੜ ਵਿੱਚ ਫਸਿਆ ਮੈਨੂੰ ਜੁੱਲੀ ਚੱਕ ਸਹੁਰਿਆਂ ਨੇ ਪੱਟਿਆ ਮੈਨੂੰ ਜੈਲਦਾਰ ਸਹੁਰਿਆਂ ਨੇ ਪੱਟਿਆ ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ ਲੰਡੂ ਜੇ ਸਹੁਰਿਆਂ ਨੇ ਪੱਟਿਆ ਮੈਨੂੰ ਜੁੱਲੀ ਚੱਕ ਸਹੁਰਿਆਂ ਨੇ ਪੱਟਿਆ ਜੇ ਆਪਕਾ ਡਰ ਮੈਂ ਸਾਰੀ ਦੁਨੀਆ ਕੋ ਦਿਖਾਊਂਗਾ ਓਏ ਚੌਧਰੀਆ ਬਾਹਰ ਨਿਕਲੋ ਵੱਡਿਆ ਬਦਮਾਸ਼ਾ ਓਏ ਚੌਧਰੀਆ ਓਏ ਚੌਧਰੀ ਤਾਂ ਪਰਲੇ ਪਾਸੇ ਨੇ ਮੈਂ ਤੈਨੂੰ ਚੌਧਰੀ ਲੱਗਦਾ ਸੱਚ ਸੱਚ ਦੱਸ ਓਏ ਮੇਰੀ ਮਾਂ ਦਾ ਸਿਰ ਟੁੱਟ ਪੱਟਾ ਕਿਹਨੇ ਲਾਇਆ ਓਏ ਓਏ ਆਪਣੀ ਮਾਂ ਨੂੰ ਪੁੱਛ ਕਿਹਦਾ ਝਾਟਾ ਨੰਗਾ ਮੈਂ ਤੈਨੂੰ ਉੱਥੇ ਮਾਰਾਂਗਾ ਦੁਸ਼ਮਣਾ ਜਿੱਥੇ ਲਿਖਿਆ ਹੋਵੇ ਇੱਥੇ ਬੰਦਾ ਮਾਰਨ ਵਾਲੇ ਨੂੰ 500 ਰੁਪਈਆ ਜੁਰਮਾਨਾ ਮੁੰਡਿਓ ਰੂਪ ਓਏ ਬੋਲਿਆ ਓਏ ਜੀਤ ਹਲਕ ਗਿਆ ਓਏ ਹਾਏ 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 ਬੇ ਜੋਰਿਆ ਬੇ ਮੱਦੀ ਬੇ ਮੇਰੇ ਭਾਈਓ ਕਿੱਥੇ ਹੋ ਤੁਸੀਂ ਬੇ ਕਤਲ ਹੋਣ ਨਾ ਮੈਂ ਤੇਰੀ ਕੁੜੀ ਚੁੱਕਾਂਗਾ ਚੌਧਰੀਆ ਇਹ ਤਾਂ ਮਤਲਬ ਹੈ ਇਹਨੇ ਜੋਗਰਾਜ ਦੀ ਦਵਾਈ ਖਾਲੀ ਹੈ ਮੈਂ ਤੇਰੀਆਂ ਕੁੜੀਆਂ ਚੁੱਕਾਂਗਾ ਚੌਧਰੀਆ ਓਏ ਚੱਕ ਲੈ ਚੱਕ ਮੇਰੇ ਕੋਲੇ ਲੈ ਆਈ ਓਏ ਮੈਂ ਤੇਰੀ ਕੁੜੀ ਚੁੱਕਾਂਗਾ ਓਏ ਮੇਰੀ ਗੱਲ ਸੁਣ ਓਏ ਸਾਲਾ ਬਣਿਆ ਕੁੜੀ ਦਾ ਆ ਜੈਦਰਾਂ ਦੀ ਕੁੜੀ ਚੱਕ ਕੇ ਲੈ ਜਾ ਵਾਪਸ ਨਾ ਕਰੀ ਜਾ ਬੰਦਾ ਪੁੱਤਾ ਕਬਾੜੀਆਂ ਨੂੰ ਵੇਚ ਮੈਂ ਤੇਰੀ ਕੁੜੀ ਚੁੱਕਾਂਗਾ ਓਏ 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 ਇਹਦਾ ਅਸਰ ਕਿੰਨਾ ਕੁ ਟਾਈਮ ਰਹੂਗਾ ਓਏ ਓ ਬਾਪੂ ਇਹਦਾ ਅਸਰ 15 ਮਿੰਟ ਰਹੂਗਾ ਹਾਏ ਇਹਨੇ ਚਿਰ ਨੂੰ ਤਾਂ ਸਾਰੇ ਪਿੰਡ ਦੀਆਂ ਕੁੜੀਆਂ ਚੱਕ ਕੇ ਲੈ ਜੂ ਓਏ ਮੈਂ ਤੇਰੀ ਕੁੜੀ ਚੁੱਕਾਂਗਾ ਓਏ ਕੰਜਰ ਦੇ ਖਰੋ ਇਹਨੂੰ ਘਰੇ ਛੱਡਿਓ ਇਹਨੇ ਜਾਓ ਛੱਡਿਓ ਮੈਂ ਤੇਰੀ ਕੁੜੀ ਚੁੱਕਾਂਗਾ ਓਏ ਮੈਂ ਮੇਰਾ ਬੱਚਾ ਜੀਵ ਨਾ ਜਾਣਾ ਕੰਜਰ ਨੂੰ ਕਹਿਣਾ ਓਏ ਜਿੰਦੇ ਲਾ ਲੈਣਗੇ ਟੋਡੂ ਕੀ ਬਾਤ ਹੈ ਉਦਾਸ ਕਿਉਂ ਹੋ घर में कोई झगड़ा हो गया क्या नहीं यार कोई झगड़ा नहीं होया फिर क्या बात है पैन देन दे मेरे नानके ने बड़ा दुखी कर रखिया बहु कैसे साडे घर नु चून चून के खाई जांदे ने सारा कसूर मेरी मम्मी दा सिर चाड़ रखे ने नंग ये नंग क्या होता है नंग होता है जिसके बल्ले कानी काटी नहीं होती मैं जवाक हां जे मेरा वास्ते ना मैं कल्ले कल्ले नु भूखे भाजा हमने तो सुना था कि लोग अपने बेटी के घर का पानी तक नहीं पीते ले ਇਹਨਾਂ ਤਾਂ ਖੂਹ ਦੇ ਖੂਹ ਖਾਲੀ ਕਰਤੇ ਕੰਜਰ ਨੇ ਇਹ ਯੇ ਕੰਜਰ ਕਿਆ ਹੋਤਾ ਹੈ ਜਿਸ ਕੋ ਕੋਈ ਸ਼ਰਮ ਨਾ ਹੋ ਜਿਸ ਕੀ ਕੋਈ ਇੱਜ਼ਤ ਨਾ ਹੋ ਯੇ ਕੰਜਰ ਦੇਖਨੇ ਮੇ ਕੈਸੇ ਹੋਤੇ ਹੈ ਜੈਸੇ ਮੇਰਾ ਨਾਨਾ ਮਾਮੇ ਮੈਂ ਤੁਹਾਰਾ ਦੋਸਤ ਹੂੰ ਮੈਂ ਤੁਹਾਰੀ ਕਿਆ ਮਦਦ ਕਰ ਸਕਤਾ ਹੂੰ ਗੋਰੇ ਕੋਈ ਐਸੀ ਦਵਾਈ ਬਣਾ ਫੇਰ ਇਹਨਾਂ ਨੂੰ ਪਤਾ ਲੱਗੂ ਮੇਰੇ ਪਾਸ ਬਹੁਤ ਬੜੀਆ ਦਵਾਈ ਤਿਆਰ ਹੈ ਅੱਛਾ ਯੈਸ ਕੰਨ ਕਰੋ ਮੇਰੀ ਤਰਫ ਠੀਕ ਹੈ ਹੁਣ ਆਉ ਸਵਾਲ ਹੁਣ ਦੇਖੂ ਵੱਡੇ ਜੈਲਦਾਰਾਂ ਨੂੰ ਸੱਤ ਦਿਨ ਸਹੁਰਿਆਂ ਦੇ ਘਰ ਰਹਿ ਕੇ ਆਈ ਫੁੱਲ ਝੜੀਏ ਨੀ ਹੁਣ ਮੇਰੇ ਘੁੰਮ ਲਾਈ ਡੰਗ ਦਿੱਤਾ ਤੈਨੂੰ ਤੇਰੀ
ਕਾਲੀ ਗੁੱਤ ਨੇ, ਕਾਲੀ ਗੁੱਤ ਨੇ ਓਏ ਅੱਟ ਮੰਗ ਗੁੰਨਤੀਆਂ ਆ ਜਾ ਜਰਿਆ ਉਹ ਨੇੜੇ ਰੱਖੀਏ ਦਿਓਰ ਜਿਵੇਂ ਦਾ ਪੱਤ ਜਿਵੇਂ ਮਛਲੀ ਦਾ ਪੱਤ ਉਹ ਆ ਜਾ ਜੋਰੇ ਆ ਜਾ ਬੱਲੇ ਵੀ ਬੱਲੇ ਜੈਲਦਾਰ ਜੋਰਾ ਸਿਆ ਅੱਜ ਤਾਂ ਬਹੁਤ ਖੁਸ਼ ਨਜ਼ਰ ਆ ਰਿਹਾ ਓਏ ਲੈ ਬਾਪੂ ਓਏ ਬਾਈ ਨਾ ਖੁਸ਼ ਹੋਵੇ ਓਏ ਕੱਲ ਨੂੰ ਇਹਦੀ ਅੰਗਰੇਜ਼ ਨੇ ਦਵਾਈ ਤਿਆਰ ਕਰ ਦੇਣੀ ਆ ਮੈਂ ਤਾਂ ਆਪ ਆਰਡਰ ਦੇ ਰੱਖਿਆ ਪਤਾ ਨਹੀਂ ਕੱਲ ਨੂੰ ਮੈਂ ਕੀ ਬਣ ਜਾਣਾ ਲੈ ਅੰਗਰੇਜ਼ ਮੇਰੇ ਵਾਸਤੇ ਲਿਆਓ ਮਹਿਮਾ ਦੋ ਮੇਰੀ ਵੀ ਕੋਈ ਇੱਜ਼ਤ ਹੈ ਬਾਪੂ ਓਏ ਇੱਜ਼ਤ ਤਾਂ ਠੀਕ ਹੈ ਕੁੜੇ ਛਿੰਦਰੇ ਓ ਚਾਹ ਲੈ ਆ ਭਾਈ ਮੈਂ ਤਾਂ ਸਾਰਾ ਵਿਹੜਾ ਸੁੰਬਰਤਾ ਆ ਜਾ ਹੁਣ ਮਰ ਜਾਣੀ ਹੈ ਆ ਗਈ ਬਾਪੂ ਜੀ ਹੁਣੇ ਲਿਆਉਣੀ ਹੈ ਉਹ ਨਾਲੇ ਕੁੜੀਆ ਗੋਲ ਜਾ ਬਿਸਕੁਟ ਲੈ ਆਈ ਮੋਟੀ ਕਰੀਮ ਦੀ ਤਹਿ ਵਾਲੇ ਚਿੱਟੇ ਚਿੱਟੇ ਚੰਗਾ ਲਿਆਉਣੀ ਹੈ ਤੁਹਾਡੀ ਜਾਨ ਨੂੰ ਬਿਸਕੁਟਾਂ ਦਾ ਘੱਟ ਹੈ ਨਾ ਜੋਰੇ ਬਾਈ ਬਿਸਕੁਟ ਆਉਣਗੇ ਲੈ ਆਉਣਗੇ ਸਾਡੀ ਵੀ ਕੋਈ ਇੱਜ਼ਤ ਹੈ ਭਾਈ ਆ ਜਾਓ ਚਾਹ ਪੀ ਲੋ ਪੂਰੀ ਕੰਡੇ ਵਾਲੀ ਬਣਾਈ ਆ ਬੱਲੇ ਬਈ ਛਿੰਦਰੇ ਚਾਹ ਵਾਲੀ ਤਾਂ ਤੂੰ ਸਿਰੇ ਹੀ ਲਾਈ ਪਈ ਆ ਲੈ ਬਾਪੂ ਤੂੰ ਵੀ ਤਾਂ ਬੜਾ ਚੰਗੀ ਤਰ੍ਹਾਂ ਸੰਭਰ ਕੇ ਚਾਂਦੀ ਵਾਂਗੂ ਚਮਕਾਤਾ ਹੁਣ ਤੁਸੀਂ ਐ ਕਰਿਓ ਟੋਕਾ ਕੁਤਰ ਕੇ ਮੈਸਾਂ ਨੂੰ ਨਵਾ ਦਿਓ ਫਿਰ ਤੁਸੀਂ ਵਿਹਲੇ ਹੋ ਆ ਕੀ ਹੋ ਗਿਆ ਤੇ ਮੇਰੇ ਬਾਪੂ ਤੇ ਮੇਰੇ ਭਾਈਓ ਮੈਂ ਤਾਂ ਕਹਿੰਦੀ ਅੰਗਰੇਜ਼ ਦਾ ਭੇੜਾ ਬਹਿ ਜੀ ਅੱਗ ਲੱਗ ਜੇ ਆਦੀ ਗੁੱਤ ਨੂੰ ਤੇ ਬਾਪੂ ਤੇ ਜਲਦਾ ਕਾਨ ਦਾ ਤਵਾ ਕਰਕੇ ਰੱਖ ਤਾ ਤੇ ਵੀਰਿਆ ਤੇ ਵੀਰਿਆ ਜਰੇ ਹੱਥ ਨਾ ਜਾ ਫਿਰ ਤੁਹਾਡੇ ਚਾਚੇ ਨੇ ਰੋਡੂ ਕੱਢ ਲਈ ਕਿਰਪਾਨ ਓਏ ਅੱਛਾ ਚਾਚਾ ਫਿਰ ਚਾਚਾ ਓਏ ਫਿਰ ਲਾ ਕੇ ਵੀ ਮੁੰਡਿਆਂ ਨੂੰ ਅੱਗੇ ਕਿਆ ਹੁਣ ਦੱਸੋ ਓਏ ਮੇਰੇ ਪੈਰੀ ਡਿੱਗ ਕੇ ਕਹਿਣ ਲੱਗੇ ਸਾਨੂੰ ਮਾਫ ਕਰ ਦਿਓ ਬੋਲਾ ਜੀ ਓਏ ਨਹੀਂ ਛੱਡਾਂਗਾ ਓਏ ਨਹੀਂ ਛੱਡਾਂਗਾ ਓਏ ਨਹੀਂ ਛੱਡਾਂਗਾ ਚਾਚਾ ਚਾਚਾ ਬਦਮਾਸ਼ੀ ਚਾਚਾ ਬਾਈ ਬਾਈ ਮੁੰਡੇ ਓਏ ਓਏ ਰੌਲਾ ਨਾ ਪਾਓ ਮੈਂ ਤੁਹਾਡਾ ਸਾਰਿਆਂ ਦਾ ਸਿਰ ਧਰ ਨਾਲੋਂ ਅਲੱਗ ਕਰ ਦੂੰਗਾ ਓਏ 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 ਮੁੱਛਾਂ ਮਨਾ ਕੇ ਮੱਖੀ ਰਖਾ ਕੇ ਬਦਮਾਸ਼ੀ ਕਰਨ ਵਾਲਿਆ ਓਏ ਮੈਂ ਤਾਂ ਫੁਰੇ ਚ ਬੰਦਾ ਮਾਰ ਦੇਣਾ ਫੁਰੇ ਚ ਮੰਨਾ ਯੇ ਕਿਆ ਹੋ ਰਹਾ ਹੈ ਚਿੱਤਰ ਪਰੇਟ ਹੋ ਰਹੀ ਹੈ ਹੋਰ ਕੀ ਹੋ ਰਿਹਾ ਓ ਅੰਗਰੇਜ਼ੀ ਮੈਂ ਜੀ ਹੈਪੀ ਬਦਮਾਸ਼ ਮੱਛਰ ਬਦਮਾਸ਼ ਦਾ ਚੇਲਾ ਉਹ ਜਗਦੇਵ ਬਾਈ ਉਹ ਕਰ ਫੋਟੋ ਬਾਈ ਅੰਗਰੇਜ਼ ਨਾਲ ਇੱਧਰ ਵੀ ਕਰਦੇ ਉਸਤਾਦ ਹੈ ਸਾਡਾ ਕੌਣ ਹੈ ਆਪ ਮੈਂ ਜੀ ਇੱਕ ਮਾਮੂਲੀ ਜਿਹਾ ਬਦਮਾਸ਼ ਹਾਂ ਜੀ ਮੈਂ ਇੰਨਾ ਕਮਜ਼ੋਰ ਹਾਂ ਮੈਥੋਂ ਕੋਈ ਬੰਦਾ ਨਹੀਂ ਡਰਦਾ ਮੈਂ ਟਰਾਲੀ ਚੋਂ ਗੰਨਾ ਖਿੱਚਦਾ ਉਹ ਨਹੀਂ ਖਿੱਚਿਆ ਜਾਂਦਾ ਟਕਾਠਵਰ ਬਣਨਾ ਹੈ ਹਾਂ ਜੀ ਮੇਰਾ ਗ੍ਰੇਟ ਅਲੀ ਜਿੱਡਾ ਕੱਦ ਹੋਵੇ ਅਰਨੌਲ ਜਿੱਡੇ ਹੁਣ ਡੋਲੇ ਰੌਕ ਵਰਗੀ ਹੋਵੇ ਛਾਤੀ ਦਵਾਈ ਤਿਆਰ ਹੈ ਆਜੋ ਅੰਦਰ ਓਕੇ ਕਮ ਆਨ ਆਜੋ 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 ਪਿਆਰ ਦੀ ਹੁਣ ਦੇਖੀ ਓਏ ਅਰਨੌਲ ਜਿੱਡਾ ਕੱਦ ਖਲੀ ਜਿੱਡੇ ਡੋਲੇ ਰੌਕ ਜਿੱਡੀ ਛਾਤੀ ਬਦਮਾਸ਼ੋ ਆ ਜਾਓ ਹੈ
ਓਏ ਬੱਲੇ ਤੇਰੇ ਰੋਡੂ ਸ਼ੇਰਾ ਓਏ ਓਏ ਤੂੰ ਤਾਂ ਕਮਾਲ ਹੀ ਕਰਤਾ। ਹੁਣ ਮੈਨੂੰ ਐ ਦੱਸ ਰੋਡੂ, ਇਹਨਾਂ ਚਾਰਾਂ ਚੋਂ ਹੈਪੀ ਕਿਹੜਾ ਓਏ? ਆਦੀ ਮੈਂ ਤੁਹਾਨੂੰ ਕਿਹਾ ਸੀ ਨਾ, ਮੈਂ 20 ਮੁੰਡੇ ਅੱਗੇ ਲਾਏ ਹੋਏ ਨੇ। ਹੁਣ ਦੇਖੋ, ਤੂੰ ਮੇਰੇ ਥੱਪੜ ਮਾਰਿਆ ਸੀ ਨਾ, ਕਿਉਂ ਦੇਖੀ ਤੁਹਾਡੇ ਚਾਚੇ ਦੀ ਬਹਾਦਰੀ? ਨੀ ਮੱਥਾ ਟੇਕਦੀ ਅੰਮਾ ਜੀ। ਨੀ ਦੇਬੋ, ਨੀ ਅੰਗਰੇਜ਼ ਨੇ ਕੀ ਕਸਮਾਂ ਲਪਾ ਰੱਖਿਆ ਪਿੰਡ ਦੇ ਵਿੱਚ? ਨੀ ਪੁੱਛਣਾ ਕੁਛ ਅੰਮਾ ਜੀ, ਪਤਾ ਨੀ ਕੀ ਕੁਛ ਹੋ ਕੇ ਰਹੂ। ਨੀ ਗੁਰਦੁਆਰੇ ਵਾਲਾ ਭਾਈ ਜੀ ਤਾਂ ਸਾਇਦ ਹੀ ਬਚੇ। ਉਹ ਮੈਂ ਮੱਚ ਗਈ, ਕੀ ਗੱਲ ਇਹ? ਨੀ ਕੀ ਹੋਣਾ ਸੀ, ਮੱਚਣੇ ਅੰਗਰੇਜ਼ ਤੋਂ ਚਮਕੀਲਾ ਬਣਨ ਦੀ ਦਵਾਈ ਖਾ ਲਈ। ਫੇਰ ਕੀ? ਬਸ ਤੜਕੇ 4 ਵਜੇ ਉੱਠ ਕੇ ਗੁਰਦੁਆਰੇ ਰੇੜੂਏ ਦੇ ਵਿੱਚ ਬੋਲਣ ਲੱਗ ਗਿਆ ਚਮਕੀਲੇ ਵਾਲੇ ਗੀਤ ਗਾਉਣ, ਤੇ ਸਾਰਾ ਪਿੰਡ ਇਕੱਠਾ ਹੋ ਗਿਆ ਚੰਗਾ ਫੈਂਟਿਆ। ਇੰਨਾ ਕੁੱਟਿਆ, ਇੰਨਾ ਕੁੱਟਿਆ, ਰਹੇ ਰੱਬ ਦਾ ਨੋਬਲ ਵੀਰ ਕੁਰੇ। ਆ ਹਰੀਕਾ ਗੁਰਦੀਪ ਨੀ? ਆਹੋ ਫਿੰਦਰਾ ਬਾਪੂ। ਹਾਂ ਹਾਂ ਹਾਂ, ਸੱਟਾਂ ਜਿਹਾ ਖਾਈ ਫਿਰਦਾ। ਅੱਛਾ, ਰੱਜਾ ਹੋਇਆ ਦਾਰੂ ਦਾ? ਨੀ ਉਹ ਕਹਿੰਦਾ ਮੈਂ ਸਨੀ ਦੇ ਔਰ ਬਣਨਾ, ਸਾਰੇ ਪਿੰਡ ਦੇ ਨਲਕੇ ਪੱਟਤੇ। ਨੀ ਪੱਟਤੇ ਨੀ, ਆ ਸਿੰਬਿਆਂ ਦੀ ਬਚਨੋ ਨੀ ਪਾਲੇ ਦੀ ਬੇਬੇ। ਹਾਂ ਨੀ, ਇਹਨੇ ਮਲਕ ਸ਼ਰਾਬ ਬਣਨ ਦੀ ਦਵਾਈ ਖਾ ਲਈ, ਉਹ ਤੋਂ ਹੁਣ ਕਸੂਤੇ ਦੇ ਕੱਪੜੇ ਪਾ ਕੇ ਸਾਰੇ ਪਿੰਡ ਚ ਬੀਆਂ ਚ ਫਿਰਦੀ ਆ ਧੱਕੇ ਖਾਂਦੀ। ਵਾਗਰੂ ਵਾਗਰੂ ਵਾਗਰੂ। ਹਾਂ ਮੈਂ ਆਪਣੇ ਵਾਲੇ ਕੰਜਰ ਨੂੰ ਤਾਂ ਅੰਦਰੀ ਜਿੰਦਲ ਆਇਆ ਈ, ਕਹਿੰਦਾ ਮੈਂ ਅਮਰੀਸ਼ਪੁਰੀ ਬਣੂ। ਮੈਂ ਪੁੱਛਿਆ ਕਿਹਾ ਨਪੁੱਤੇ ਦੇ ਡੰਗਰਾਂ ਨੂੰ ਕੱਖ ਆਉਣ ਪਾਊ। ਭੈਣੇ ਮੈਂ ਤਾਂ ਦਾਣੇ ਫੇਰ ਹੀ ਬਣਾਊ, ਮੇਰੇ ਤਾਂ ਆਪ ਕਲਾਸ਼ਣੇ ਨੇ, ਕਿਤੇ ਹੋਰ ਹੀ ਨਾ ਕੁਛ ਬਣ ਕੇ ਬਹਿ ਜਾਣ। ਮੈਂ ਤਾਂ ਜਾਣੀ ਆ ਭਾਈ, ਪਤਾ ਨੀ ਹੁਣ ਪਿੰਡ ਦਾ ਕੀ ਬਣੂਗਾ। ਓ ਬਾਪੂ, ਬਾਬੀ 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 ਬਾਬੀ, ਆਪਾਂ ਨੂੰ ਨਾਈ ਨੀ ਛੱਡਦੇ, ਉਹ ਤਾਂ ਗੁਰਤਨੇ ਚੱਕੀ ਆਉਂਦੇ ਨੇ। ਬੇ ਕੀ ਹੋ ਗਿਆ? ਓਏ ਹੋਣਾ ਕੀ ਤੀਗਾ, ਕੱਲ ਨਾਈਆਂ ਦਾ ਬੁੜਾ ਜਵਾਨ ਹੋਣ ਦੀ ਦਵਾਈ ਲੈਣ ਆਇਆ ਸੀ, ਉਹਨੂੰ ਕਿਤੇ ਦਵਾਈ ਦੇਤੀ ਗਲਤ, ਉਹ ਤਾਂ ਮੁਰਗਾ ਬਣ ਗਿਆ। ਰਾਤ ਖਾਧੀ ਪੀਤੀ ਚ ਕਿਤੇ ਨਾਈਆਂ ਨੇ ਮੁਰਗਾ ਬਣਾ ਲਿਆ, ਉਹ ਤਾਂ ਤੜਕੇ ਪਤਾ ਲੱਗਿਆ ਵੀ ਅਸੀਂ ਤਾਂ ਪਿਓ ਹੀ ਖਾ ਗਏ। ਨੀ ਭਾਬੀ ਹੁਣ ਤਾਂ ਪੁਲਸਾਂ ਵੀ ਆਉਣ ਗਿਆ। ਹੁਣ ਆਪਾਂ ਕੀ ਕਰਾਂਗੇ? ਹੁਣ ਆਪਾਂ ਕੀ ਕਰਾਂਗੇ? ਹੁਣ ਤਾਂ ਭੈਣ ਦੇ ਦੀ ਪੁਲਸ ਹੀ ਕਰੂਗੀ, ਜੋ ਕੁਛ ਕਰੂਗੀ। ਖਾਣਾ ਦੀ ਬੁੜੀ ਵੀ ਮਰ ਗਈ। ਬੇ ਉਹਨੂੰ ਕੀ ਹੋ ਗਿਆ? ਮੰਮੀ ਉਹਨੇ ਸਪਾਈਡਰ ਵੂਮਨ ਬਣ ਦੀ ਦਵਾਈ ਖਾਧੀ ਸੀ। ਓਏ ਉਹ ਕਿਵੇਂ ਮਰ ਗਈ? ਓਏ ਛਾਲਾ ਮਾਰਦੀ ਫਿਰਦੀ ਸੀ, ਕਦੇ ਟੈਂਕੀ ਤੇ ਚੜ ਜਾਂਦੀ ਸੀ, ਕਦੇ ਕਿਤੇ। ਅੱਜ ਤੜਕੇ ਛੱਡ ਕੇ ਵੀ ਤਾਰਾਂ ਚ ਫਸ ਗਈ। ਜਿਵੇਂ ਕਾਹ ਲੜਕਦਾ ਹੁੰਦਾ, ਭੈਣ ਦੇ ਨੀ ਐਂ ਲੜਕ ਰਹੀ ਸੀ। ਭਾਈ ਸ਼ੁਕਰ ਹੈ ਹਲੇ ਮੈਂ ਨੀ ਦਵਾਈ ਖਾਧੀ। ਖਾਣ ਵੀ ਆਰੀਆ ਚੱਕੀ ਇੱਧਰ ਆ ਰਹੇ ਨੇ। ਹਾਏ ਬੇ, ਮੇਰਾ ਭਰਾ ਮੱਦੀ ਦੇ ਜੋਰਾ ਵੀ ਨੀ ਕੁਝ ਕਰਨ ਜੋਗੇ ਹੈਗੇ। ਓ ਭਾਈ ਭਾਈ ਅੰਦਰ ਬੈਠ ਜਾਓ, ਮੈਨੂੰ ਬਾਵਣਾ ਨੇ ਕੁੱਟਿਆ। ਭਾਈ ਪੰਗਾ ਲਿਆ ਹੋਣਾ, ਕੁੜੀ ਛੜੀ ਦਾ ਬਾਵਣਾ ਵੀ ਸਾਲੇ ਦੀ ਲੱਗਦੀ ਹੈ ਕੁੜੀ ਦੀ। ਇਹ ਉਹ ਬਾਵਣਾ ਦਾ ਵੀਰੂ ਨਹੀਂ ਹੈਗਾ? ਹਾਂ ਵੀ ਉਹ ਦਲੇਰ ਹੋਣ ਦੀ ਦਵਾਈ ਲੈ ਗਿਆ ਸੀ, ਚੇਰ ਬਣ ਗਿਆ। ਡੰਗਰ ਬੱਚੇ ਕੱਟੇ ਸਭ ਕੁਝ ਖਾ ਗਿਆ। ਤਾਂ ਸ਼ੁਕਰ ਕਰੋ ਅੰਦਰ ਬੰਦ ਕਰਤਾ, ਨਹੀਂ ਉਹਦੇ ਜਵਾਕਾਂ ਨੂੰ ਖਾ ਜਾਂਦਾ। ਵੀ ਅੰਦਰ ਬੈਠ ਜਾਓ। ਮੇਰਾ ਰੰਗਾ ਦਾੜੀ ਫ੍ਰੈਂਚ ਸਿਰ ਤੋਂ ਗੰਜਾ, ਕੌਣ ਹੈ ਤੂੰ? ਮੈਂ ਜੀ ਹੈਪੀ ਬਦਮਾਸ਼ ਹਾਂ ਜੀ। ਮੈਂ ਜੀ ਬਹੁਤ ਕਮਜ਼ੋਰ ਬਦਮਾਸ਼ ਹਾਂ ਜੀ। ਮੈਥੋਂ ਟਰਾਲੀ ਚੋਂ ਗੰਨਾ ਨਹੀਂ ਖਿੱਚਿਆ ਜਾਂਦਾ, ਮੇਰੀ ਤਾਂ ਜਮੀ ਪੱਟੀ ਮੇਸ ਹੋ ਗਈ ਆ, ਬੁੜੀਆਂ ਮੈਥੋਂ ਕਬਜ਼ੇ ਲਈ ਜਾਣ ਲੱਗ ਗਈਆਂ। ਨਾਲੇ ਸਾਡਾ ਪਿੰਡ ਤਾਂ ਬਾਬੇ ਸਾਰੇ ਜਾਨਵਰਾਂ ਦਾ ਬਣਿਆ ਪਿਆ ਗਾ, ਮੈਂ ਤਾਂ ਆਪਣੀ ਜਾਨ ਬਚਾਉਂਦਾ ਭੱਜ ਕੇ ਆਇਆਂਗਾ। ਕੈਲਾ ਬੁੜਾ ਜੀ, ਕੈਲਾ ਬੁੜਾ! ਕਿਹੜਾ ਕੈਲਾ ਬੁੜਾ? ਆਉਤੀ ਜੀ। ਓਏ ਕੈਲਾ ਬੁੜਾ ਨੀ, ਇੱਥੇ ਜਾ, ਇੱਥੇ ਜਾ। ਮੇਰਾ ਪੱਗ ਬੱਟ ਭਰਾ ਸੀ, ਗਰਦਾਰ ਹੈ ਸਾਰਾ ਗਰਦਾਰ। ਓਏ ਇਹਨੇ ਮੇਰੇ ਨਾਲ ਗਰਦਾਰੀ ਕੀਤੀ ਏ, ਰੰਗੇ ਦਾ ਇੱਕੋ ਇੱਕ ਮਕਸਦ ਹੈ ਬਸ, ਤੇਜੇ ਨੂੰ ਖਤਮ ਕਰਨਾ। ਪਤਾ ਨੀ ਕਿੱਥੇ ਆ ਸਾਲਾ। ਇਹ ਤਾਂ ਜੀ ਈਲਵਾਲ ਚ ਕੈਲੇ ਬੁੜੇ ਦੇ ਨਾਂ ਨਾਲ ਮਸ਼ਹੂਰ ਹੈ। ਈਲਵਾਲ? ਓਏ ਕਿਹੜਾ ਈਲਵਾਲ? ਉਹ ਈਲਵਾਲ ਜੀ ਸੰਗਰੂਰ ਤੋਂ 7 ਕਿਲੋਮੀਟਰ ਦੂਰ ਹੈ। ਈਲਵਾਲ ਤੇਜੇ!
क्या हो रहा है? तेरी भैन दे फेरे हो रहे ने। ओह वेरी इंटरेस्टिंग फेरा। ओए लगदे आ फेरियां दे लोग भड़के फिरदे ने, हुण तेरे टोटे करनगे टोटे। हां ओए तैनू मारनगे, तैनू बदलगे हुण। मुझे क्यों मारेंगे? ओ मेरा साल्या सारा पिंड जानवरां दा बनाता, हो तेरे फुल्लां दे हार पाउणगे। ओए छेती फार्मूला तैयार कर दे, ओए लोकां नू पहला वर्गा कर दे। हुण की करिए, बापू ओए लोक तां होर भड़क रहे ने। तुसीं लोकां नू संभालो, असीं देखदे आं झट। अंग्रेज ने दारू पी के सानू कई फार्मूले दसे थी। ओ जाओ, हां ओ जाओ जाओ छेती में जाओ जाओ। ओ बस के तोड़ तोड़ के ओ के टूट जू, ओ साडा के टूट जू। परे हो पैन देने दिया। मैं नहीं पींदा भाई जी, मैं बंदा ना बना फिर मैं ही करूं। यार तैनू मेरे ते भरोसा नहीं हैगा, पी। यार मैं नहीं पींदा। यार पी। अंग्रेज नु ता चूहा बना के सी पिंजरे च बंद करता, नहीं लोग ओनू मार देणगे। ओए चल वधिया कीता, लोग भड़के फिरदे ने। ओए एदा असर हो जूगा। मैं क्या सकिंटा च एक सकिंट जागला पहला वर्गा हो जू ना। ए दवाई तुसी आप तैयार करी आओ। ले कैले बुड़ दे पोते आ, कोई मामूली गल है। हाय बू बे मद्दी नु ता भूख लागी। भूख ता लगूगी जा सारा दिन ता मज्जा जूंदा रहदी हो। ले मम्मी ओना नु आ दवाई पिला दे, आप ही ठीक हो जाएंगे। बे इतना बंदे ता पड़ जाएंगे। ओहो भाभी ओना नु बंदे बनाउण दी की लोड़ है। चुप कर बे। हाय बे मद्दी बे जो रे आ, मैं आ गई बे। ओए हुण छेती तेरे लोकां नु दवाई पिया दो। अंग्रेज ने दवाई तैयार करती, मारे ना मारे ना। भाई भाई रुको, भाई चुप चुप। भाई मेरी गल सुनो, दवाई तैयार हो गई है, सारा दे हुण डंगर बच्चे बंदे बन जाएंगे। भाई बन के दवाई तैयार हो गई। ले भाई जोरिया पी दवाई। ले बापू तू भी पी ला दवाई। ले मद्दी ले पी ला मेरे धर्मी बाबला, पी ला। ले मद्दी तू भी पी ला, पी ला। हे रब्बा कोई कृपा कर दे मेरे खानदान ते। ले बापू पी ला, तू भी पी ला मेरे छोटे भैया। हे रब्बा कोई कृपा कर दे ना ते। हाय भेणे बापू तू ठीक हो गया? वीरे 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 शुक्र है तुसे बंदे बन गए।
बापू ने टीटने मार मार के मेरिया बखिया सजातिया। सिंदरे ये ने तो मोक मार मार के मेरे तो पैर लपेट के रखते। ओए आ बापू तू एक दिन मेरी पूछ ते पैर चलता, मेरा पौंगदे दा संग खराब हो गया पर तू पूछ तो पैर न चकिया, ऐसा साडी को इज्जत है यार। चंगा चंगा रब दा शुक्र करो, हे सच्चे पाशा तू मेरे खानदान नु ठीक करता, सच्चे पाशा ठीक करता तू मेरे खानदान नु। मेरी वजह करके आपको बहुत तकलीफ हुआ, सॉरी अंकल, मैंने कुदरत के साथ इतना बड़ा मजाक किया है, मुझे इसकी सजा गॉड देगा। ओए कितने पुलिस ना आजे, नाइयां दे बुढ़े दा कातल, नाइयां दी बुढ़ी दा कातल, बामणा दे बुढ़े दा कातल, दखाणा दी बुढ़ी दा कातल तेरे जुम्मे ने। मैं उनसे सॉरी मांग लूंगा। ले बंदे मार के हुणे सॉरी मंगूगा, तुसी अंग्रेजा ने एडे एडे हथियार बनाते, परमाणु बंब बनाते, ओए तुसी एक दिन दुनिया तबाह करके छड़ोगे। मन्या तुहाडी साइंस ने बहुत तरक्की कीती है, बच्चे तक ट्यूबां च पैदा हो रहे ने, पर तुहाडी साइंस मौत दा राह नहीं लभ सकी। आपां जो कुदरत नाल छेड़छाड़ कर रहे हां ओहदे नतीजे बहुत भैड़े निकलने ने, साडे लोक भी दरख्त कट रहे ने जिहड़े सानू आक्सीजन दिंदे ने, ते प्राणियां नू अग ला रहे ने, प्रदूषण फैला रहे ने, इसे करके बेमौसमियां बारिशां हो रहियां ने, सुनामी लहर आ रहियां ने, भूचाल आ रहे ने। तू ऐसी दवाई तां बना ली जेड़ी बुढ़े नू जवान कर देवे, कोई ऐसी दवाई तैयार कर जिहदे नाल नफरत खत्म होवे, कोई ऐसी दवाई तैयार कर जिहदे नाल दाज दा कोड खत्म होवे, भ्रूण हत्या खत्म होवे, कोई ओ दवाई बना जिहदे नाल नशे दा कोड खत्म होवे। आप लोगों ने मेरी आंखें खोल दी। चल ठीक है, तू हुण आपदा जुली चपड़ा चक, जे पुलिस आ गई तां तेरे ते केस पै जूगा, असीं आप ही संभाल लांगे पुलिस नू, नाले तेरा पासपोर्ट जब्त हो जूगा। ओए नाले तू मेरे यार जोगा सिंह जगाड़ी दा मुंडा है, इत्थों सही सलामत उत्थे बचाउणा साडी जिम्मेवारी आ। मैंने अपने फादर से सुना था कि पंजाबी बहुत अच्छे लोग होते हैं, ये लोग एक दूसरे के लिए अपनी जान दे देते हैं, मगर आज मैंने देख भी लिया, मुझे मान है कि मैं भी एक पंजाबी हूँ, मैं भी जोगा सिंह की औलाद हूँ, मैं तुम्हारी फैमिली का कभी भी एहसान नहीं भूलूंगा, मुझे माफ कर दो। चंगा चंगा हुण छेती जा, ते जोगा सिंह जगाड़ी नू आखी भी कैला तेनू बहुत याद करदा है। जा सत श्री अकाल। अंग्रेज जी मेरे वास्ते मेम दा प्रबंध, मेरा मतलब एदे वास्ते मेम दा प्रबंध जरूर कर देना। चलो अंग्रेज जी। ओके सी यू माय ब्रदर। मेरा दा पासपोर्ट नहीं हैगा, नहीं मैं तेरे नाल ही बग जांदा। बाय 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 टाटा टाटा हरी टाटा 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 बाय बाय टाटा। ਸਾਡੀ ਦਿਨ ਵਰ ਕੀ ਰੱਬ ਰਾਤ ਹੋਵੇ, ਸਾਡੀ ਦਿਨ ਵਰ ਕੀ ਰੱਬ ਰਾਤ ਹੋਵੇ, ਬਿਨਾਂ ਬਦਲਾ ਤੋਂ ਬਰਸਾਤ ਹੋਵੇ, ਬਿਨਾਂ ਬਦਲਾ ਤੋਂ ਬਰਸਾਤ ਹੋਵੇ। ਆਪੋ ਤੇ ਚੱਲੀਏ ਜਿੱਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ, ਸਾਡੀ ਦਿਨ ਵਰ ਕੀ ਰੱਬ ਰਾਤ ਹੋਵੇ, ਸਾਡੀ ਦਿਨ ਵਰ ਕੀ ਰੱਬ।